ਕੁੜੀ ਵੀਰਪਾਲ। ਹਾਂ ਬੇਬੇ। ਆ ਸਿਰਫ ਸਾਫ ਕਰੀ ਆ। ਮੈਂ ਕਰਤੇ ਸੀ ਗੇਰਾ, ਕੋਈ ਨਾ ਦੁਬਾਰੇ ਫੇਰ ਦੂੰਗੀ। ਦੁਬਾਰੇ ਫੇਰ ਦੂੰ? ਪਹਿਲਾਂ ਤੈਨੂੰ ਦੀਦਾ ਨਹੀਂ ਹੁੰਦਾ? ਉਹ ਦਿਨ ਵਧੀਆ ਫੇਰਿਆ ਸੀ ਬੇਬੇ। ਵੀ ਨੇਰੀਆਂ ਜੇ ਚੱਲਦੀਆਂ ਨੇ। ਨੇਰੀਆਂ ਚੱਲਦੀਆਂ ਨੇ, ਮੱਖੀਆਂ ਤਾਂ ਦੇਖ ਕਿਵੇਂ ਲੱਗਦੀਆਂ ਨੇ। ਰੋਟੀ ਪਾਉਣੀਆਂ ਮੈਂ ਮੁੰਡੇ ਨੂੰ। ਕੋਈ ਨਾ, ਮੈਂ ਕਰ ਦੂੰ ਸਾਫ। ਕੋਈ ਨਾ ਕੋਈ ਨਾ, ਆ ਸ਼ਬਦ ਛੱਡ ਦੇ। ਚੱਲ ਰੋਟੀ ਪਾ ਤੀ ਜਵਾਕ ਨੂੰ। ਰੋਟੀ ਖਾ ਲੈ ਪੁੱਤ, ਰੋਟੀ ਪਾਈ ਪਈ ਆ ਤੇਰੀ। ਤੇਰੇ ਖੂਹ ਚ ਉਤਰ ਗਿਆ, ਸੁਣਦਾ ਹੀ ਨੀ ਹੈਗਾ ਮੁੰਡਾ। ਲੈ ਬੇਬੇ ਰੋਟੀ ਨੂੰ ਬੜਾ ਮਰੀ ਜਾਂਦੀ ਹੈ ਯਾਰ, ਹੱਥ ਤੋੜੀ ਯਾਰ ਖਾਨੇ ਯਾਰ। ਬੇ ਮੁੰਡਿਆ, ਕਦੋਂ ਦੀ ਰੋਟੀ ਪਈ ਆ ਖਾ ਰਿਹਾ ਹੁਣ? ਦੇਖ ਲੈ ਤੀਵੀਂ ਦਾ ਚਮਚਾ, ਤੀਵੀਂ ਦਾ ਗੁਲਾਮ। ਮੈਂ ਤਾਂ 10 ਬੋਲ ਮਾਰ ਲਈ, ਸੁਣਿਆ ਨੀ। ਉਹਨੇ 1 ਬੋਲ ਮਾਰਿਆ, ਉਹ ਵੀ ਅੱਧਾ ਹੀ ਭੱਜਿਆ ਆਇਆ, ਚੱਕ ਕੇ ਥਾਲੀ ਤੁਰ ਗਿਆ। ਪਤਾ ਨਹੀਂ ਬੇਬੇ ਐਂ ਕਾਹਤੋਂ ਕਰਦੀ ਹੈ। ਕਿੰਨੇ ਸੋਹਣਾ ਕੰਮ ਕਰੀ, ਚੱਲ ਕਿੰਨੇ ਸਾਫ ਕੰਮ ਕਰਨਾ। ਬੇਬੇ ਨੇ ਨਗੋਚਾਂ ਕੱਢਣੀ ਕੱਢਣੀਆਂ, ਪਤਾ ਨਹੀਂ ਕਿਉਂ ਖਾਰ ਖਾਂਦੀ ਹੈ ਮੇਰੇ 'ਤੇ। ਨਾਲੇ ਕਦੇ ਮੈਂ ਕੁਛ ਕਿਹਾ ਨਹੀਂ, ਕਦੇ ਮੂਹਰੇ ਨਹੀਂ ਬੋਲੀ, ਪਤਾ ਨਹੀਂ ਕਿਉਂ ਲੱਗਦੀ ਹੈ। ਲੈ ਹੁਣ ਸੰਭਰ ਦਾ ਕਿੰਨਾ ਗਾਹ ਪਾਇਆ ਪਿਆ। ਲੱਛੀ ਤਾਂ ਇਹ ਵੀ ਨਹੀਂ ਚੀਜ਼ਾਂ ਟਿਕਾਣੇ 'ਤੇ ਧਰਦਾ। ਸੁਭਰਾ ਪਹਿਲਾਂ ਦਵਾਈ ਦਾ ਟਾਈਮ ਹੋ ਗਿਆ, ਦਵਾਈ ਲਵਾਂ ਮੈਂ ਤਾਂ ਅੰਦਰ ਜਾ ਕੇ। ਲੈ ਬੇਬੇ ਦੇ ਕੱਪੜਿਆਂ ਦੀ ਤਾਂ ਫਿਰ ਤੈ ਮਾਰੂੰਗੀ, ਗਰਮੀ ਬਹੁਤ ਹੋਈ ਪਈ ਹੈ। ਨਾ ਮਸ਼ੀਨ ਵੀ ਸਾਂਭ ਹੀ ਦੇਵਾਂ ਲੱਗੇ ਹੱਥ, ਸੂਟ ਤਾਂ ਬਣਾ ਲਿਆ, ਲੋੜ ਨਹੀਂ ਇਹਦੀ। ਬਿਰਪਾਲ। ਹਾਂਜੀ। ਆ ਤੇਰੇ ਭਾਈ ਨੇ ਸ਼ੇਟ ਸਗੀ ਲਾ ਰੱਖਿਆ ਹੈਗਾ। ਕਿਹੜਾ? ਇਹ ਤਾਂ ਉਹ ਨਹੀਂ ਹੈਗਾ ਤਰਸੇਮ ਦਾ ਦੋਸਤ ਰਵੀ। ਅੱਛਾ। ਉਹਦੀ ਬਹੂ ਕੋਲੇ ਮੁੰਡਾ ਹੈ। ਕਿੰਨਾ ਸੋਹਣਾ ਹੈ ਨਾ। ਕਿੰਨਾ ਸੋਹਣਾ ਹੈ ਨਾ ਪੋਪਰ ਜਾ। ਹਾਂ ਦੇਖ ਕਿਵੇਂ ਬੈਠੇ ਨੇ, ਬੜਾ ਸੋਹਣਾ ਲੱਗਦਾ। ਕਿਵੇਂ ਪਾਈ ਹੈ ਧਮਾਲ, ਤੁਹਾਨੂੰ ਮੇਰੀ ਆਵਾਜ਼ ਨਹੀਂ ਸੁਣੀ ਹੈਗੀ? ਬੇਬੇ ਹੋਰੀ ਤਾਂ ਬੈਠੇ ਸਾਹਮਣੇ, ਪੂਰੀ ਬੈਠੇ ਅੰਦਰ ਵੜ ਕੇ ਬਹਿ ਜਾਣੇ, ਬਾਹਰ ਵੀ ਫਿਰਦੇ ਨੇ ਮਾੜੇ ਮੰਗਤੇ। ਖੈਰੀ ਆ ਗਿਆ, ਕੋਈ ਕੋਈ ਆ ਗਿਆ, ਕਦੇ ਕੋਈ ਆ ਗਿਆ। ਬੇਬੇ ਦਿਸਦਾ ਇਧਰੋਂ ਧਿਆਨ ਕਿੱਥੋਂ ਦੀ ਨਾ ਬਾਰੇ, ਮੈਂ 50 ਬੋਲ ਮਾਰ ਲਏ, ਮੇਰਾ ਸੁਣੇ ਹੀ ਨਹੀਂ ਕੋਈ ਬੋਲ। ਲੈ ਬੇਬੇ ਸਾਹਮਣੇ ਤੇ ਬੈਠੇ, ਆਵਾਜ਼ ਸੁਣ। ਸਾਹਮਣੇ ਬੈਠੇ, ਉੱਠ ਕੇ ਦਵਾਈ ਦੇ ਮੈਨੂੰ। ਦੇ ਦਿੰਦੇ ਆ, ਬੈਠੀ ਹੈ ਸਾਹਮਣੇ। ਬੇਬੇ ਕੀ ਹੋ ਗਿਆ, ਉਹੀ ਤਾਂ ਵੀ ਰਹਿਣੀ ਆ। ਮੈਂ ਤਾਂ ਤਪ ਨਹੀਂ ਸੀ, ਜਿਵੇਂ ਮੈਨੂੰ ਬੋਲਦਾ ਐ ਤੀਵੀਂ ਨੂੰ ਵੀ ਬੋਲਦਾ। ਕੀ ਗੱਲ ਆ ਫਿਰ? ਕੀ ਗੱਲ ਆ ਫਿਰ, ਅੰਦਰ ਵੜ ਕੇ ਬਹਿ ਜਾਂਦਾ, ਸਿਰ ਨਾਲ ਸਿਰ ਜੋੜੀ ਰੱਖਦੇ ਹੋ। ਬਾਹਰ ਦੀਦਾ ਤੈਨੂੰ ਹੈ ਕੋਈ ਕੰਟਰੋਲ ਚ ਕੁਛ, ਤੇਰੇ ਹੈਗਾ ਕੁਛ ਪੱਲੇ? ਬਾਰੀ ਖੁੱਲੀ ਤੇ ਹੈਗਾ ਸਾਰਾ ਕੁਛ। ਤੁਸੀਂ ਬਾਰੀ ਖੁੱਲੀ ਹੈ, ਹੋਰ ਨਹੀਂ ਕੁਛ ਜਾਣਦਾ ਹੈਗਾ, ਹੋਰ ਕੰਮ ਨਹੀਂ ਕੋਈ। ਮਸਾਂ ਨਵੀਂ ਜੋੜੀ ਬਣੀ ਹੈ ਇਹ। ਧੁੱਪੀ ਵਾਲੀ ਹੈ, ਹਾਏ 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 ਵੀਰ ਬਾ। ਵਾਹਿਗੁਰੂ ਵਾਹਿਗੁਰੂ,
ਇਹ ਤਾਂ ਨਹੀਂ ਸੁਣਦੇ ਹੈਗੇ। ਮੁੰਡਾ ਮੈਥੋਂ ਜਮੀ ਬਾਹਰ ਨਹੀਂ ਦੀ, ਪਤਾ ਨਹੀਂ ਕੀ ਤਾਂ ਖਵਾਤਾ ਕੀ ਪਿਆਤਾ, ਬੱਕਰੀ ਮੰਗੂ ਮਾਗਰ ਮਾਗਰ ਫਿਰਦਾ ਰਹਿੰਦਾ ਵੀਰਪਾਲ ਦੀ। ਮੈਂ ਮਰ ਜਾਂ, ਮਾਂ ਦੀ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ। ਹੁਣ ਦਵਾਈ ਲੈਣ ਜਾਵਾਂ, ਦੇਖਾਂ ਮਾਰਾਂ ਬੋਲ। ਨਾ ਨਾ ਨਾ, ਜੇ ਮੈਂ ਬੋਲ ਮਾਰਤਾ ਇਹ ਤਾਂ ਉਹਦੀ ਕਦੂਗਾ, ਚੱਲ ਮੈਂ ਦਵਾਈ ਦਵਾ ਲੈਣਾ। ਮੇਰੇ ਕੋਲ ਕੋਈ ਪ੍ਰੂਫ ਤਾਂ ਆਉਣਾ ਚਾਹੀਦਾ, ਮੈਂ ਚਾਰ ਬੰਦਿਆਂ 'ਚ ਸਿੱਟ ਵੀ ਸਕਦੀ ਹਾਂ ਵੀ ਆਹ ਦੇਖ ਮੈਂ ਦਵਾਈ ਆਪ ਜਾ ਕੇ ਲਿਆਈ ਹਾਂ, ਹੁਣ ਮੈਨੂੰ ਜਾਣ ਹੀ ਦੇ, ਪਤਾ ਵੀ ਨਾ ਲੱਗ ਜੇ ਕਿਸੇ ਨੂੰ। ਦੇਖਾਂ ਭਲਾ ਇੱਥੇ ਮੈਨੂੰ ਜਾਂਦੀ ਨੂੰ ਨਾ ਕੋਈ ਦੇਖ ਲਏ। ਦੇਖਾਂ, ਨਾ ਨਾ ਨਾ, ਪਏ ਨੇ ਸਾਰੇ ਸੁੱਤੇ। ਮੇਰੇ ਕੋਲ ਵੀ ਕੁਛ ਚਾਹੀਦਾ ਹੈ, ਜੇ ਮੈਂ ਐਂ ਬੈਠੀ ਰਹੀ ਮੇਰੇ ਤਾਂ ਪੱਲੇ ਕੱਖ ਵੀ ਨਹੀਂ ਆਉਣਾ। ਨਾਲੇ ਇਹਨਾਂ ਨੂੰ ਪਤਾ ਹੈ ਵੀ ਮੈਂ ਉਹ ਬੁੜੀਆਂ ਵਰਗੀ ਬੁੜੀ ਨਹੀਂ ਹੈਗੀ ਵੀ ਮੈਂ ਚੁੱਪ ਕਰਕੇ ਬਹਿ ਜੂੰਗੀ। ਕਿਉਂ ਬੈਠਾਂ ਚੁੱਪ ਕਰਕੇ, ਮੈਂ ਜਾਂਦੀ ਹਾਂ, ਐਂ ਤਾਂ ਵੀਰਪਾਲ ਸਾਰੇ ਘਰ 'ਤੇ ਕਬਜ਼ਾ ਕਰ ਲੂਗੀ, ਐਂ ਮੈਨੂੰ ਕਦੋਂ ਦਵਾ। ਬਣ ਗਈ ਚਾਹ? ਹਾਂ ਬਸ ਬਣ ਗਈ, ਆ ਜਾਂਦੇ ਬਾਲਾ ਜੀ। ਚਲ ਮੈਂ ਡਰਾਇੰਗ ਰੂਮ 'ਚ ਬੈਠਾ ਸੋ ਪੈਂਦੇ, ਲਿਆਓ ਚਾਹ। ਚਲੋ ਲਿਆਉਣੀ ਆ। ਵੀਰਪਾਲ ਬੇਬੇ ਹੈ ਨਹੀਂ, ਬਾਹਰ ਕਿੱਥੇ ਆ? ਬੇਬੇ ਇੱਥੇ ਤਾਂ ਸੀਗੀ। ਨਾ ਹੈ ਨਹੀਂ। ਚਾਚੇ ਕੇ ਬਾਗੀ ਹੋਣੀ ਬੇਬੇ। ਬੇਬੇ ਨੂੰ ਹੋਰ ਨਾ ਇਹਨੇ ਦੁਪਹਿਰਾ ਹੀ ਡੇਢ ਦੁਪਹਿਰੇ ਨੇ ਬਸ। ਗੱਲਾਂ ਦਾ ਲਾਜ ਵਾਲਾ ਕਰਦੀ ਹੈ ਨਾ। ਹੋਰ ਵੀ ਇੰਨੀ ਧੁੱਪ ਪੈਂਦੀ ਹੈ, ਬਿਮਾਰ ਹੋ ਗਈ ਦੱਸ ਔਖਾ ਫਿਰ। ਬਾਹਰ ਤਾਂ ਨਹੀਂ ਨਿਕਲਿਆ ਜਾਂਦਾ ਇੰਨੀ ਧੁੱਪ ਆ। ਹੋਰ ਪਤਾ ਨਹੀਂ ਕਿਵੇਂ ਬਾਗੀ। ਵੀ ਤੂੰ ਘਰੇ ਬਹਿ ਜਾ ਟੇਕ ਕੇ ਆਰਾਮ ਕਰ ਲਾ। ਹੋਰ ਤੁਸੀਂ ਉਹ ਕਹਿ ਦਿਓ ਬੇਬੇ ਘਰੇ ਬਹਿ ਜਾ ਕਰ ਕਿਉਂ ਜਾਂਦੀ ਹੈ ਦੁਪਹਿਰੇ ਦੁਪਹਿਰੇ। ਮੈਂ ਕਹਿ ਦੂੰ ਕੋਈ ਗੱਲ ਨਹੀਂ। ਹੋਰ ਫਿਰ ਮੇਰਾ ਤਾਂ ਗੁੱਸਾ ਕਰਦੀ ਹੈ। ਨਾ ਮੈਂ ਕਹਿ ਦੂੰਗਾ। ਨਾ ਮੈਂ ਕਹਾ, ਮੈਨੂੰ ਤਾਂ ਡਰ ਲੱਗਦਾ ਉਹ ਤਾਂ ਫਿਰ ਐਂ ਨਹੀਂ ਪਤਾ ਕਿੱਥੋਂ ਬੋਲੇ। ਮੈਂ ਕਹਿ ਦੂੰ ਕੋਈ ਗੱਲ ਨਹੀਂ, ਘਰੇ ਬਹਿ ਜਾ ਕਰ। ਤੁਸੀਂ ਕਹਿ ਦਿਓ। ਚੰਗਾ ਪੀ ਲਓ ਚਾਹ, ਮੈਂ ਕਰ ਲਾਂ ਥੋੜ੍ਹਾ ਜਿਹਾ ਕੰਮ ਰਹਿੰਦਾ। ਮੈਂ ਆਪ ਪੰਗਾ ਲੈ ਤਾਂ ਲਿਆ, ਪਰ ਇਹ ਗੱਲ ਦਾ ਮੁੱਲ ਤਾਂ ਪਊਗਾ। ਹੋਈ ਤਾਂ ਮੈਂ ਔਖੀ, ਪਰ ਹੁਣ ਲੱਗ ਜੂ ਪਤਾ। ਹੈ ਹੈ, ਕਿਸੇ ਨੂੰ ਵੀ ਨਹੀਂ ਪਤਾ, ਬਾਹਰ ਖੁੱਲ੍ਹੇ ਪਏ ਨੇ। ਬੇ ਮੁੰਡਿਆ। ਹਾਂ ਬੇਬੇ। ਹਾਂ ਬੇਬੇ ਦੇ ਬੱਚਾ, ਉਰੇ ਮੰਜੀ ਫੂਕ ਦੇ। ਕਿੱਧਰ ਗਈ ਸੀ ਦੁਪਹਿਰੇ ਤੂੰ? ਗਈ ਸੀ ਤੈਨੂੰ ਰੋਣ, ਨਾਲੇ ਤੇਰੀ ਧੀਮੀ ਨੂੰ। ਕੀ ਹੋ ਗਿਆ? ਹਾਂ ਹੋਇਆ ਨਹੀਂ ਹਜੇ, ਬਾਹਰ ਨਿਕਲ ਕੇ ਦੇਖ ਲਿਆ ਕਰੋ। ਆ ਲੈ ਜਾਂ ਦਵਾਈ। ਦਵਾਈ ਤੂੰ? ਹਾਂ ਹੋਰ ਕੌਣ? ਬਸ ਤੇ। ਹਾਂ ਹੋਰ ਕੌਣ ਖਾਸ ਤੇ? ਕੱਲੀ ਤੂੰ, ਤੈਨੂੰ ਨਹੀਂ ਜੀਂਦਾ, ਕੱਲੀ ਆਈਆਂ, ਹੋਰ ਕਿਹਦੇ ਨਾਲ ਆਈਆਂ? ਮੈਂ ਕਹਿੰਦੀ ਫੇਰ ਨਾ ਦਵਾਈ। ਤੈਨੂੰ ਕਹਿੰਦੀ, ਤੂੰ ਤਾਂ ਅੰਦਰੋਂ ਬਾਹਰ ਨਾ ਨਿਕਲੀ। ਉਹ 12 ਵਜੇ ਮੈਂ ਸਿਖਰ ਦੁਪਹਿਰੇ ਆਈਆਂ, ਰੁੜ ਜਾਣਾ ਬਾਹਰ ਖਾ। ਤੈਨੂੰ ਅੰਦਰ ਬੋਲ ਮਾਰ ਲੈਂਦੀ, ਮੈਂ ਦਵਾ ਲਿਆਉਂਦਾ। ਵੀਰ ਮੈਨੂੰ ਜਵਾਬ ਮਿਲ ਗਿਆ ਸੀ। ਜਵਾਬ ਤੈਨੂੰ ਕਿਹਨੇ ਦਿੱਤਾ? ਜੇ ਜਵਾਬ ਦਿੱਤਾ ਮੈਂ ਤਾਂ ਹੀ ਤੈਨੂੰ ਦੱਸਦੀ ਹਾਂ। ਮਿਲਿਆ ਕਿਤੋਂ ਜਵਾਬ? ਮਿਲਿਆ ਤੇਰੀ ਤੀਵੀ ਨੇ ਦਿੱਤਾ ਮੈਨੂੰ ਜਵਾਬ। ਕਹਿੰਦੀ ਮੈਂ ਉਹਨੂੰ ਕਿਹਾ ਨਾਲੇ, ਮੈਂ ਕਿਹਾ ਲੱਛੀ ਨੂੰ ਭੇਜੀ ਮਾੜਾ ਜਿਹਾ, ਅੰਦਰ ਹੀ ਪਿਆ ਸੁੱਤਾ। ਅੱਛਾ। ਮੈਨੂੰ ਕਹਿੰਦੀ ਸੁੱਤਾ ਕਿਉਂ ਪਿਆ, ਉਹ ਤਾਂ ਬਿਮਾਰ ਹੋ ਰਿਹਾ। ਮੈਂ ਕਿਹਾ ਦਵਾਈ ਦਵਾ ਕੇ ਲਿਆਉਣੀ ਆ। ਕਹਿੰਦੀ ਉਹਦੇ ਕੋਲ ਤਾਂ ਟਾਈਮ ਨਹੀਂ ਹੈਗਾ। ਮੈਂ ਅੱਕ ਕੇ ਗਈਆਂ, ਊਂ ਹੀ ਨਹੀਂ ਗਈ। ਤੈਨੂੰ ਪਤਾ ਮੈਂ ਕਿੰਨੀ ਔਖੀ ਹੋ ਕੇ ਗਈਆਂ। ਪਹਿਲਾਂ ਤਾਂ ਇੱਥੇ ਡਿੱਗੀ ਜਾਣਾ ਸੀ, ਨੰਬਰਦਾਰਾਂ ਦੇ ਮੁੰਡੇ ਨੇ ਮਸਾਂ ਚੜ੍ਹਾਈ, ਬੇਇੱਜ਼ਤੀ ਪਤਾ ਕਿੰਨੀ ਹੈ। ਅਗਲਾ ਕਹਿੰਦਾ ਆਹ ਫਿਰਦੀ ਹੈ, ਸੋਟੀ ਚੱਕੀ। ਫਿਰ ਮੈਂ ਉੱਥੋਂ ਪਰਚੀ ਵੀ ਆਪ ਕਟਾਈ, ਫਿਰ ਮੈਂ ਦਵਾਈ ਲਈ। ਉੱਥੇ ਕਿਹੜਾ ਇੱਕ ਥਾਂ ਜਾਣਾ ਪੈਂਦਾ, ਹੇਠਾਂ ਉੱਤਰ ਜਾ, ਤਾਹਾਂ ਚੜ੍ਹ ਜਾ, ਉੱਧਰ ਦੀ ਵਗ ਜਾ। ਬੇਬੇ ਨਾ, ਵੀਰਪਾਲ ਤਾਂ ਨਹੀਂ ਕਰ ਸਕਦੀ, ਤੇਰਾ ਤਾਂ ਉਹ ਇੰਨਾ ਕਰਦੀ ਆ। ਬੇ ਮੇਰੀ ਸੁਣ ਗੱਲ, ਉਹ ਤੇਰੇ ਸਾਹਮਣੇ ਹੀ ਕਰਦੀ ਹੈ, ਠੀਕ ਹੈ?
ਉਹ ਤਾਂ ਟਾਂਡਿਆਂ ਦੀ ਛੱਤ ਪਾਉਣ ਲੱਗੀ ਮਿੰਟ ਲਾਉਂਦੀ ਹੈ। ਹੁਣ ਮੇਰੀ ਸੁਣ ਲੈ। ਹਾਂ ਦੱਸ। ਮੇਰੀ ਵੀ ਸੁਣ ਲੈ ਤੂੰ। ਹਾਂ ਦੱਸ ਬੋਲ। ਜਿਹਨੇ ਤੂੰ ਜੰਮਿਆ ਉਹਤੇ ਤਾਂ ਤੈਨੂੰ ਯਕੀਨ ਨਹੀਂ, ਤੀਵੀਂ ਤਾਂ ਤੈਨੂੰ ਯਕੀਨ ਹੋ ਗਿਆ। ਥੋੜ੍ਹਾ ਜਿਹਾ ਸ਼ਰਮ ਮੰਨ, ਤੇਰਾ ਪਿਓ ਮਰ ਗਿਆ ਤੀ ਐਡੇ ਡੇਕਾ ਨੂੰ ਛੱਡ ਕੇ। ਪਹਿਲਾਂ ਤਾਂ ਤੂੰ ਪਾਲਿਆ, ਫਿਰ ਤੂੰ ਪੜ੍ਹਾਇਆ, ਫਿਰ ਤੇਰਾ ਝੁਲਸ ਮੰਡਾਊਆ ਕਰਿਆ, ਵਿਆਹ ਕਰਿਆ ਤੇਰਾ। ਹੁਣ ਤਾਂ ਮੈਂ ਵਿਆਹ ਵੀ ਨਹੀਂ ਕਹਿਣ ਜੋਗੀ, ਹੁਣ ਤਾਂ ਮੈਂ ਇਹ ਕਹਿਣੀ ਆ ਤੇਰਾ ਝੁਲਸ ਮੰਡਾਊਆ ਕਰਿਆ, ਜਿਹੜੀ ਇਹੀ ਜਿਹੀ ਮਗਰ ਲੱਗ ਗਈ ਤੇਰੇ। ਮੈਂ ਪੁੱਛਦਾ ਉਹਨੂੰ। ਪੁੱਛੇਗਾ ਕਾਹਦੇ ਵਾਸਤੇ, ਹੁਣ ਕਾਹਦੇ ਵਾਸਤੇ ਪੁੱਛਦਾ? ਬਿਲਕੁਲ ਪਤਾ ਫਿਰ ਤੂੰ ਕੀ ਕਹੇਗਾ, ਮੇਰਾ ਤੀਵੀ ਨਾਲੋਂ ਫਰਕ ਪਵਾ ਤਾ। ਕੋਈ ਨੀ ਪੁੱਛਦਾ ਵੀਰ, ਪੁੱਛਦਾ ਕੀ ਹੈ? ਤੀਵੀ ਦੇ ਤਾਂ ਕੰਨ ਕੋਲ ਟੁੱਪ ਟੁੱਪ ਹੁੰਦੀ ਰਹਿੰਦੀ ਹੈ ਸਾਰਾ ਦਿਨ। ਹਾਂ ਦੱਸੋ ਕੀ ਗੱਲ, ਆਵਾਜ਼ ਮਰੀ ਜਾਂਦੇ ਸੀ। ਕੋਈ ਗੱਲ ਨਹੀਂ ਹੈਗੀ, ਚੁੱਪ ਕਰਕੇ ਤੁਰ ਜਾ। ਬੇਬੇ ਇੱਕ ਮਿੰਟ ਪੁੱਛ ਲੈਣ ਦੇ, ਤੂੰ ਨਾ ਬਿਆਨ, ਤੈਨੂੰ ਬੇਬੇ ਨੇ ਦਵਾਈ ਨੂੰ ਕਿਹਾ ਸੀ ਤੂੰ ਅੰਦਰ ਪਿਆ ਸੀ, ਤੂੰ ਜੋ ਦਿੱਤਾ ਸੀ ਬੇਬੇ ਨੂੰ? ਨਾ ਕੋਈ ਗੱਲ ਹੀ ਨਹੀਂ ਹੋਈ। ਕੀ ਗੱਲ ਹੋ ਗਈ? ਗੱਲ ਕਿਉਂ ਨਹੀਂ ਹੋਈ? ਦੇਖ ਲੈ ਮੈਂ ਇੱਥੇ ਫੋਨ ਮਾਰਿਆ, ਤੂੰ ਕਹਿੰਦੀ ਸੁੱਤਾ ਪਿਆ। ਅੱਗੇ ਮੈਂ ਕਿਹਾ ਵੀਰਪਾਲ ਨੂੰ ਵੀ ਰੱਛੀ ਨੂੰ ਭੇਜ ਦਵਾਈ ਲਿਆਉਣੀ ਆ, ਅੱਗੇ ਉਹ ਵੀ ਤੂੰ ਅੰਦਰ ਪਿਆ ਹੈਗਾ। ਹਾਏ ਮੈਨੂੰ ਤਾਂ ਦਵਾਈ ਦਾ ਨਹੀਂ ਪਤਾ। ਹਾਏ ਬੇਬੇ ਟੇੜੇ ਝੂਠ ਕਦ ਬੋਲੀ ਜਾਂਦੀ ਆ। ਹੈ ਕੁੜੇ ਕੋਈ ਗੱਲ ਨਹੀਂ, ਮੈਂ ਤੌਲੇ ਜਾ ਟੇੜੇ ਝੂਠ ਬੋਲੂੰਗੀ। ਹੈ ਇੰਨੀ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨੂੰ ਜਵਾਬ ਦਿੱਤਾ ਦਵਾਈ ਲਿਆਉਣ ਨੂੰ? ਨਹੀਂ ਮੇਰੀ ਕੋਈ ਗੱਲ ਹੀ ਨਹੀਂ ਹੋਈ, ਮੈਂ ਜਵਾਬ ਹੀ ਨਹੀਂ ਦਿੱਤਾ ਬੇਬੇ ਨੂੰ। ਦਿੱਤਾ ਕਿਉਂ ਨਹੀਂ? ਕਹੀ ਤਾਂ ਜਾਂਦੀ ਆ ਬੇਬੇ। ਨਾ ਬੇਬੇ ਆਪਣੀ ਕਦੋਂ ਗੱਲ ਹੋਈ ਆ ਦਵਾਈ ਵਾਸਤੇ? ਗੱਲ ਕਿਉਂ ਨਹੀਂ ਹੋਈ? ਤੜਕੇ ਮੈਂ ਤੈਨੂੰ ਬੋਲਤਾ ਮਾਰੇ, ਮੈਂ ਕਿਹਾ ਮੈਂ ਦਵਾਈ ਲੈ ਕੇ ਆਉਂਦੀ ਹਾਂ, ਕਹਿੰਦੀ ਲੱਛੀ ਤਾਂ ਸੁੱਤਾ ਪਿਆ। ਮੈਂ ਆਖਿਆ ਸੁੱਤਾ ਪਿਆ? ਕਹਿੰਦੀ ਨਾ ਬਿਮਾਰ ਹੈ। ਮੈਂ ਕਿਹਾ ਦਵਾਈ ਲਿਆਉਣੀ ਸੀ, ਕਹਿੰਦੀ ਆਪਦੀ ਲਿਆ ਜਾ ਕੇ, ਇੱਥੋਂ ਬੋਲੀ ਹੈ ਮੈਨੂੰ। ਚੱਲ ਜਾ ਕੰਮ ਕਰਾ ਤੂੰ। ਨਹੀਂ ਕੁਛ ਕਿਹਾ? ਹਾਂ ਕਾਹਨੂੰ ਕਿਹਾ ਤੈਂ ਕੁਛ? ਬੇਬੇ ਗੱਲ ਸੁਣ ਲੈ ਇੱਕ। ਹਾਂ ਗਾਹਾਂ ਬਾਅਦ ਤੂੰ ਮੈਨੂੰ ਉਠਾ ਲਿਆ ਅੰਦਰ ਆ ਕੇ, ਤੂੰ ਕਿਸੇ ਨੂੰ ਸੁਨੇਹਾ ਲਾਉਣ ਦੀ ਕੋਈ ਲੋੜ ਨਹੀਂ। ਚੱਲ ਕੋਈ ਨਾ, ਇਹ ਵੀ ਦੇਖ ਲੂੰਗੀ। ਤੂੰ ਮੇਰੀ ਮਾਂ ਫਿਰ ਵੀ, ਤੂੰ ਮੈਨੂੰ ਕਦੇ ਕਿਹਾ ਹੈਗਾ ਜੇ ਅੰਦਰ ਠਾਉਂਦੀ ਆ ਕੇ ਫਿਰ ਹੀ ਜਾਂਦਾ ਮੈਂ? ਮੇਰੀ ਗੱਲ ਸੁਣ, ਮਾਂ ਤਾਂ ਹੈਗੀ ਆ ਪਰ ਮੈਂ ਐਡੀ ਕਮਲੀ ਵੀ ਨਹੀਂ। ਉਹ ਬੁੜੀ ਨਹੀਂ ਹੈਗੀ ਜਿਹੜੀ ਤੁਸੀਂ ਸਮਝੀ ਬੈਠੇ ਹੋ। ਗੱਲ ਸੁਣ ਲੈ ਮੇਰੀ, ਹੁਣ ਤਾਂ ਇੱਥੇ ਮੇਰੀ ਚੱਕੀ ਗਈ ਮਗਤਿਆਰੀ, ਤੇਰੀ ਕੀ ਸਲਾਹ ਵੀ ਇੱਥੇ ਮੇਰੀ ਚੱਲਦੀ ਹੈ? ਰਾਮ ਰਾਮ ਕਰ, ਇੱਥੇ ਤਾਂ ਮੇਰੀ ਸੁਣ ਲੈ, ਇੱਥੇ ਤਾਂ ਪਕਾਉਣ ਵਾਲਾ ਕੋਈ ਹੋਰ ਹੀ ਆ ਗਿਆ, ਹੁਣ ਤੂੰ ਸਮਝ ਚਾਹੇ ਨਾ ਸਮਝ। ਮੈਨੂੰ ਨਹੀਂ ਪਤਾ ਕੌਣ ਝੂਠਾ ਕੌਣ ਸੱਤਾ, ਠੀਕ ਹੈ ਗੱਲ? ਤੂੰ ਗਾਹਾਂ ਵਾਸਤੇ ਮੈਨੂੰ ਕਹੀਂ, ਜੇ ਮੈਂ ਨਾ ਗਿਆ ਫਿਰ ਤੂੰ ਕਹੀਂ? ਚੱਲ ਕੋਈ ਨਾ ਹੁਣ, ਚੱਲ ਦੇਖ ਲੂੰਗੀ। ਮੈਂ ਦੇਖਣਾ ਕੀ ਆ, ਤੈਨੂੰ ਦਵਾਈ ਮੈਂ ਦਵਾਊਂਗਾ ਬੇਬੇ ਨੂੰ, ਤੂੰ ਹੌਲੀ ਜਿਹੀ ਗੱਲਾਂ ਨਾ ਕਰਿਆ ਕਰ। ਤੂੰ ਮੇਰੀ ਮਾਂ ਫਿਰ ਵੀ ਪਾਲਿਆ ਪਲੋਸਿਆ ਤਾਂ ਮੈਨੂੰ, ਮੈਂ ਤੈਨੂੰ ਕਿੱਦਾਂ ਜਵਾਬ ਦਿੱਤਾ ਦੱਸ ਮੈਨੂੰ। ਚੱਲ ਪੁੱਤ ਹੁਣ ਦੇਖ ਲੂੰਗੀ ਮੈਂ। ਮੈਂ ਤਾਂ ਬਹੁਤ ਚਿਰ ਦੀ ਦੇਖੀ ਜਾਂਦੀ ਹਾਂ ਤੁਹਾਡੇ ਮੂੰਹ ਕੰਨੀ, ਕੋਈ ਅੱਜ ਦੀ ਨਹੀਂ ਹੈਗੀ। ਤੂੰ ਮੈਨੂੰ ਕਹਿ ਦਿਆ ਕਰ ਵੀ ਦਵਾਈ ਲਿਆਉਣੀ ਆ ਭਾਈ, ਚੱਲ ਬੜਿਆ ਕਰਾਂ। ਇਕੱਲਾ ਦਵਾਈ ਕੀ ਆ, ਹੋਰ ਕੀ ਕੰਮ ਨਹੀਂ ਹੈਗੇ? ਚੱਲ ਬੜਿਆ ਕਰੂੰ ਹੋਰ ਫਿਰ, ਚੱਲ ਮੈਂ ਖੇਤ ਜਾਇਆ ਮੈਂ ਨਾ। ਉਹ ਤਾਂ ਲੰਘ ਗਿਆ ਖੇਤ, ਸਿਖਰ ਦੁਪਹਿਰੇ ਦਵਾਈ ਲੈਣ ਤਾਂ ਵੱਗ ਗਈ, ਔਖੀ ਤਾਂ ਹੋਈ ਪਰ ਕੁਛ ਤਾਂ ਮੁੱਲ ਪਿਆ। ਹੁਣ ਲੱਗੂਗਾ ਪਤਾ ਤੀਵੀਂ ਨੂੰ, ਵੜਕ ਮਾਰਦੀ ਫਿਰਦੀ ਹੈ। ਹੁਣ ਪੁੱਛੂੰ ਮੈਂ, ਜੇ ਮੁੰਡਾ ਮੇਰੇ ਹੱਥ 'ਚ ਆ ਗਿਆ ਫਿਰ ਤਾਂ ਮੈਂ ਇਹਨੂੰ ਕੀ ਦਵਾਉਣਾ? ਆਹ ਹੈ ਪੁੱਤ, ਹਾਂ ਤੈਨੂੰ ਦੱਸਿਆ ਸੀ, ਉੱਥੇ ਸਮਝਾਇਆ ਸੀ। ਮੈਂ ਕਿਹਾ ਉਹ ਘਰ ਆ, ਇੱਧਰ ਲਾ ਦੇ ਸਕੂਟਰੀ ਪੁੱਤ। ਐਂ ਕਾਹਨੂੰ ਉੱਤੇ ਪਾਈ ਜਾਂਦੀ ਹੈ, ਤੂੰ ਹੌਲੀ ਹੌਲੀ ਪਾਗਾ। ਬੇਬੇ ਹੌਲੀ ਹੌਲੀ ਤਾਂ ਪਾਉਣੀ ਆ, ਹੋਰ ਕਿਵੇਂ ਕਰਦੇ ਹੁੰਦੇ ਆ? ਤੈਨੂੰ ਤਾਂ ਉਹੀ ਨਹੀਂ ਮੇਰਾ ਕੋਈ ਕੰਮ ਪਸੰਦ ਆਉਂਦਾ। ਕੰਮ ਕਰਦੀ ਨਹੀਂ ਪਸੰਦ ਵਾਲਾ, ਆਊਗਾ ਕੀ? ਤੱਤੀ ਪਈ ਹੈ, ਸੀਸਾ ਸੁਰਮਾ ਹੀ ਨਹੀਂ ਸਾਰਾ ਦਿਨ ਠੀਕ ਆਉਂਦਾ। ਬੇਬੇ ਤੂੰ ਕਿਉਂ ਮੇਰੇ 'ਤੇ ਲੱਗਦੀ ਰਹਿਣੀ ਆ ਸਾਰਾ ਦਿਨ? ਲੱਗਦੀ ਰਹਿੰਦੀ ਆ ਤੇਰੇ 'ਤੇ ਬੇਬੇ। ਨਾਲ ਮੈਂ ਤੈਨੂੰ ਐਂ ਪੁੱਛਦੀ ਸੀ, ਉਹਦੇ ਆਪਣੀ ਦਵਾਈ ਬਾਰੇ ਤਾਂ ਗੱਲ ਹੋਈ ਨਹੀਂ ਸੀ,
ਤੁਸੀਂ ਐਂ ਲੱਛੀ ਕੋਲ ਝੂਠ ਕਾਹਤੋਂ ਵੱਡਿਆ ਸੀ ਵੀ ਵੀਰਪਾਲ ਨੇ ਜਵਾਬ ਦੇਤਾ। ਮੈਂ ਤੌਲੇ ਚੱਟੇ ਝੂਠ ਮਾਰੂੰਗੀ ਹੈ। ਹੋਰ ਬੇਬੇ ਉਹਦੇ ਕਿਹਾ ਤਾਂ ਸੀਗਾ, ਆਪਣੀ ਤਾਂ ਕੋਈ ਗੱਲ ਹੀ ਨਹੀਂ ਹੋਈ ਸੀ। ਅੱਜ ਤੂੰ ਘਰੇ ਸੀ ਮੇਰੇ ਨਾਲ, ਆ ਗਿਆ ਨਹੀਂ ਮੈਂ ਬੱਸਾਂ 'ਤੇ ਪਕਾਈ ਕਰਦੀ ਤੁਰੀ ਫਿਰਦੀ। ਤੂੰ ਰਹਿਣ ਦਿਆ, ਰਹਿਣ ਦਿਆ ਕਰ। ਰਹਿਣ ਦਿਆ ਕਿਉਂ ਕਰ? ਹਾਂ ਬਾਪੂ ਆ ਗਿਆ, ਬਥੇਰਾ ਡੰਡਾ ਲੱਗਿਆ ਤੇਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ? ਹਾਂ ਵਧੀਆ, ਠੀਕ ਹੈ। ਸਤਿ ਸ਼੍ਰੀ ਅਕਾਲ ਪੁੱਤ, ਵੱਡੀ ਉਮਰ ਵਾਲਾ ਹੋਵੇ ਬਹਿ ਜਾ ਇੱਥੇ। ਹੋਰ ਦਲਜੀਤ ਠੀਕ ਹੈ? ਹਾਂ ਠੀਕ ਹੈ। ਹੋਰ ਤੂੰ ਸੁਣਾ? ਹਾਂ ਠੀਕ ਹੈ। ਪਰਿਵਾਰ ਠੀਕ ਹੈ ਸਾਰਾ? ਖੁਸ਼ੀਆਂ ਵਰਤੇ ਮਾਰਕ ਚੜ੍ਹਦੀਆਂ ਗੱਲਾਂ 'ਚ ਰੱਖੇ। ਹਾਂ ਸਾਰੇ ਠੀਕ ਨੇ, ਵਧੀਆ। ਗਰਮੀ ਬੜਾ ਹੀ ਪੈਂਦੀ ਹੈ, ਬਾਹਲੀ ਜ਼ਿਆਦਾ। ਵੀਰਪਾਲ ਪਾਣੀ ਲਿਆ ਕੁੜੇ, ਅੱਜ ਤੇਰਾ ਸਰੀਰ ਠੀਕ ਰਹਿੰਦਾ? ਕੁਛ ਬਸ ਦਵਾਈ ਬੂਟੀ ਜੀ ਖਾਈ ਜਾਂਦੀ ਆ। ਅੱਛਾ ਆ ਜਵਾਕ ਸਿਆਣੀ ਆਈ ਇਹਦੀ? ਨਾ ਮੈਨੂੰ ਤਾਂ ਪੋਰੇ ਨਹੀਂ ਸਿਆਣਾ। ਇਹ ਦੂਜੇ ਘਰਾਂ ਦਾ ਮੁੰਡਾ ਹੈ, ਮੇਰੇ ਦਿਓਰ ਦਾ ਪੋਤਾ। ਅੱਛਾ, ਲੈ ਮੈਂ ਤਾਂ ਲਾਲੀ ਦੇ ਵਿਆਹ ਵੇਲੇ ਦੇਖਿਆ ਤੀ, ਛੋਟਾ ਜਿਹਾ ਸੀ। ਹਾਂ ਉਹ ਤਾਂ ਛੋਟਾ ਸੀ, ਉਹ ਤਾਂ ਵੀ ਨਾਲ ਆਇਆ ਸੀ। ਹੁਣ ਇਹ ਛੁੱਟੀਆਂ ਸੀ ਤੇ ਮੈਂ ਆਖਿਆ ਨਾ ਵੀ ਇਹਨੂੰ ਲੈ ਪਾਣੀ ਪੀ ਲੈ ਪੁੱਤ। ਇਹਨੂੰ ਮੈਂ ਪੁੱਛ ਲਿਆ, ਕਹਿੰਦਾ ਚੱਲ ਬੇਬੇ ਜੀ ਮੈਂ ਛੱਡਿਓ, 10 ਕਿਲੋਮੀਟਰ ਤਾਂ ਹੈਗਾ, ਕਿਹੜਾ ਦੂਰ ਹੈ। ਦੂਰ ਹੁੰਦਾ ਤਾਂ ਚੱਲ ਭਾਈ ਲਿਆਉਣਾ ਵੀ ਔਖਾ ਸੀ, ਮੁਸ਼ਕਲ ਹੈ। ਅੱਜ ਕੱਲ੍ਹ ਮਸ਼ੀਨਰੀ ਵਾਹਲੀ ਵੱਧਦੀ ਹੈ। ਠੀਕ ਹੈ, ਨਿਆਣੇ ਹੀ ਆਉਂਗੇ। ਹਾਂ ਹੋਰ, ਤੇ ਇਹ ਕਹਿੰਦਾ ਬੇਬੇ ਚੱਲ ਆ ਕੇ ਕੰਮ ਕਰ ਲੂ ਬੇਬੇ ਜੀ ਮੈਂ ਤਾਂ। ਚੱਲ ਅੰਦਰ ਵਗ, ਚੱਲ ਉੱਥੇ ਉੱਥੇ ਨਾਲ ਚਾਹ ਪੀ ਲੈ। ਚਾਹ ਪੀ ਕੇ ਵਗ ਜੀ ਪੁੱਤ, ਚਾਹ ਪੀ ਕੇ ਵਗ ਜੀ। ਮੈਂ ਛੁੱਟੀਆਂ ਦਾ ਕੰਮ ਕਰਨਾ ਹੀ। ਹੋਰ ਇਹਦੀ ਮਾਂ ਨੇ ਕਿਹਾ ਸੀ ਵੀ ਛੇਤੀ ਤੋਰ ਦੀ। ਚੰਗਾ ਪੁੱਤ ਮਰ ਜਾ, ਹੌਲੀ ਚਲਾਈ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ, ਹੌਲੀ ਚਲਾਈ ਪੁੱਤ। ਹਾਂ ਨਿਸ਼ਾਨਾ ਜਾਈ, ਜਾ ਕੇ ਮੈਨੂੰ ਫੋਨ ਕਰ ਦੀ। ਹਾਂ ਠੀਕ ਹੈ ਪੁੱਤ, ਚੰਗਾ। ਬੜਾ ਹੀ ਸਿਆਣਾ ਹੈ ਤਾਂ। ਹਾਂ ਨਾ ਦੇਖਣ ਜੀ ਦੀਦਾ ਵੀ ਪਤਾ ਲੱਗਦਾ ਸਿਆਣਾ। ਹਾਏ ਹਾਏ, ਗਰਮੀ ਨੇ ਤਾਂ ਰਿਕਾਰਡ ਕਾਇਮ ਕਰਤਾ ਹੈ ਕਿ ਭੈਣੇ। ਬਾਹਲੀ ਗਰਮੀ ਹੈ, ਬਾਹਲੀ ਗਰਮੀ ਹੈ, ਥੋੜ੍ਹੀ ਨਹੀਂ। ਪਹਿਲਾਂ ਦਲਜੀਤ ਲਾਲੀ ਤਿਆਰ ਹੋ ਗਿਆ। ਅੱਛਾ, ਖੜੇ ਪੈਰ ਉਹਨੂੰ ਫੋਨ ਆ ਗਿਆ ਅਫਸਰ ਦਾ, ਫਿਰ ਡਿਊਟੀ ਦੀ ਮਜਬੂਰੀ। ਮੈਂ ਕਿਹਾ ਜਾ ਭਾਈ, ਫਿਰ ਇੱਧਰ ਤਾਂ ਸਰਦਾ ਜ਼ਰੂਰੀ ਤੀ। ਇੱਧਰੋਂ ਫਿਰ ਮੈਂ ਇਹਨੂੰ ਭਾਈ ਨੂੰ ਪੁੱਛਿਆ ਤੇ ਮੈਂ ਆਖਾ ਕਾਲੂ ਨੂੰ, ਵੇ ਕਾਲੂ ਐਂ ਕਰਕੇ ਭਾਈ ਤੋਰੇਗਾ ਮੁੰਡੇ ਨੂੰ? ਕਹਿੰਦਾ ਹਾਂ ਵਗ ਜੂਗਾ। ਕਹਿੰਦਾ ਭਾਬੀ ਕੀ ਹੁੰਦਾ? ਕਹਿੰਦਾ ਵਗ ਜੂਗਾ। ਨਾ ਬਹੁਤ ਵਧੀਆ ਕਰਿਆ। ਚਲ ਫਿਰ ਇਹਦੀ ਮਾਂ ਕਹਿੰਦੀ ਲਿਜਾਂਦੀ ਤਾਂ ਹੈਗੀ ਆ ਵੀ ਮਾੜਾ ਜਿਹਾ ਨਿਸ਼ਾ ਜੀ ਨਾਲ ਛੇਤ ਕੋਈ ਮੋੜਦੀ। ਕਹਿੰਦੀ ਚਾਹ ਦੀ ਵੀ ਲੋੜ ਨਹੀਂ, ਚਾਹ ਉਹਦੀ ਮਾਂ ਨੇ ਸਗੋਂ ਸਾਨੂੰ ਵਿਆਹਤੀ ਆਉਣ ਵੇਲੇ। ਚੱਲ ਮੈਂ ਕਿਹਾ ਚੰਗਾ, ਕਹਿੰਦੀ ਤੁਹਾਨੂੰ ਤਾਂ ਇੱਥੇ ਨਹੀਂ ਵੇਟਦਾ ਕੰਮ, ਚਾਹ ਦਾ ਉੱਥੇ ਪੀਓ ਨਾ ਪੀਓ। ਹੱਸੀ ਗਈ, ਪਿਆ ਕੇ ਚਾਹ ਚੱਕ ਬਣੇ ਅਸੀਂ ਆ ਗਏ। 10 ਮਿੰਟਾਂ ਦਾ ਰਸਤਾ ਕਿਹੜਾ ਦੂਰ ਹੈ। ਹੋਰ ਤੇ ਕਿਵੇਂ ਜਵਾਕ, ਠੀਕ ਰਹਿੰਦੇ ਨੇ? ਠੀਕ ਹੀ ਨੇ ਬਸ। ਵੀਰਪਾਲ ਕੁਛ ਰਹਿੰਦੀ ਹੈ ਠੀਕ? ਇਹਨਾਂ ਕੀ ਠੀਕ ਰਹਿਣਾ, ਮੂੰਹ ਤੇਰਾ ਮੂੰਹ ਐਂ ਕਿਉਂ ਹੋ ਰਿਹਾ ਭਿੱਜੀ ਬੱਕਰੀ ਵਰਗ? ਤੂੰ ਤਾਂ ਐਡੀ ਉਰਮੇ ਨਾ ਆਉਂਦੀ, ਤੂੰ ਤਾਂ ਜਮੀ ਇੱਥੇ ਪਤੇ ਜਾਂਦੀ। ਬਸ ਲਾਦ ਨੇ ਮਾਰਤੀ। ਇਹ ਤਾਂ ਚੰਗੀ ਭਲੀ ਸੀ? ਨਾ ਨਾ ਨਾ, ਕਾਹਨੂੰ ਚੰਗੀ ਭਲੀ, ਇਹ ਤਾਂ ਮੇਰੀ ਕਰੀ ਹੋਈ ਹੈ ਚੰਗੀ ਜੀ। ਹਾਂ ਉਹ ਬਣੇ ਤਾਂ ਇਹਨੂੰ ਪੁੱਛ ਕੇ ਗੱਲ ਕਰਦੀ ਤਾਂ ਇੱਥੇ ਦੱਬਦੀ ਭਾਬੀ। ਨਾ ਨਾ, ਕਿਹੜਾ ਦੱਬਣ ਦਵਾਈਆਂ ਨਾ, ਉਹ ਗੱਲਾਂ ਤਾਂ ਹੁਣ ਤਾਂ ਰਹੀਆਂ ਨਹੀਂ। ਅੱਛਾ, ਫਿਰ ਮੁੰਡਾ ਨੂੰ ਕੁਛ ਕਹਿੰਦਾ? ਮੁੰਡਾ ਤਾਂ ਬਾਈ ਉਹਨੇ ਹੱਥ 'ਚ ਕਰ ਰੱਖਿਆ। ਅੱਛਾ, ਪਹਿਲਾਂ ਲੱਗਦਾ ਨਹੀਂ ਸੀ, ਦੇਖ ਇਹ ਸੀ ਤਾਂ ਮੰਮੀ ਮੰਮੀ ਕਰਦੀ ਹੈ ਉਹ ਗੱਲਾਂ ਤਾਂ ਲੋ। ਹਾਏ ਮੰਮੀ, ਮਾੜੇ ਜੇ ਦਾਲ 'ਚ ਦੁੱਧ ਪਾਉਣਾ ਉਹ ਵੀ ਮੰਮੀ ਇੰਨੀ ਕੁ ਲੋਟ ਹੈ, ਮੰਮੀ ਇੰਨਾ ਕੁ ਚਾਹ 'ਚ ਦੁੱਧ ਲੋਟ ਹੈ, ਪੁੱਛ ਕੇ ਗੱਲ ਕਰਦੀ। ਉਹ ਗੱਲਾਂ ਤਾਂ ਅੱਛੀ ਤਾਂ ਇੰਨਾ ਦੱਬਦਾ ਹੁੰਦਾ, ਉਹ ਗੱਲਾਂ ਤਾਂ ਹੁਣ ਰਹੀਆਂ ਨਹੀਂ ਬਾਈ। ਡਰ ਨਹੀਂ ਰਿਹਾ ਫਿਰ? ਡਰ ਨਹੀਂ ਰਿਹਾ। ਹਾਂ ਕੁੜੀ ਮੇਰੇ ਬਾਈ ਨਾਲ ਰਾਣੀ ਸੀ ਭਾਬੀ, ਤੂੰ ਤਾਂ ਫਿਰ ਹੁਣ ਹੱਲ ਹੱਲ ਨਹੀਂ ਕੋਈ। ਦੇਖੀਆਂ ਦੇ ਬਾਰੇ ਬਾਰੇ ਜਾਈਏ ਜਾਈਏ। ਊ ਚਾਹ ਰੋਟੀ ਫੜਾਉਂਦੀ ਆ ਵਧੀਆ? ਨਾ ਨਾ ਨਾ, ਰੋਟੀ ਚਾਹ ਤਾਂ ਬਾਈ ਕਾਹਨੂੰ ਫੜਾਉਂਦੀ ਹੈ। ਅੱਛਾ, ਬੜਾ ਫਰਕ ਪੈ ਗਿਆ ਫਿਰ? ਪੱਕਦੀਆਂ ਹੁੰਦੀਆਂ ਨੇ, ਆਪਾਂ ਆਪਦੀਆਂ 2 ਰੋਟੀਆਂ ਚੱਕ ਕੇ ਖਾ ਲੈਂਦੇ ਹਾਂ ਜੇ ਲੋੜ ਹੁੰਦੀ ਹੈ।
ਫਿਰ ਫਰਕ ਬਾਲਾ ਪੈ ਗਿਆ ਹੈ ਨਾ, ਫਰਕ ਹੀ ਹੈ ਹੋਰ ਹੁਣ ਦੇਖ ਕਿੱਥੇ ਦੇਖ ਦੇਖ ਜਿਉਂਦੀ ਸੀ ਤੂੰ, ਉਦੋਂ ਵੀਰਪਾਲ ਕਰਦੀ ਉਦੋਂ ਮੰਮੀ ਮੰਮੀ ਕਰਦੀ ਹੈ, ਨਾ 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 ਹੋਰ ਜ਼ਿੰਦਗੀ ਖਰਾਬ ਹੋ ਗਈ ਬੁਢੇਪੇ ਵੇਲੇ ਪੂਰੀ। ਹਾਂ ਜੇ ਮੇਰਾ ਬਾਈ ਹੁੰਦਾ ਆਹ ਗੱਲਾਂ ਨਹੀਂ ਸੀ ਹੁੰਦੀਆਂ ਹੈ ਨਾ, ਫਿਰ ਹੁਣ ਕਰ ਗਏ ਵੀ ਗਈ ਜਿਹੜੀ ਮੇਰੇ ਤਾਂ ਢਿੱਡ ਔਖਾ ਹੋਈ ਜਾਂਦਾ ਗੱਲਾਂ ਸੁਣ ਕੇ। ਕੀ ਕਰੀਏ ਫਿਰ ਹੁਣ, ਉਹੀ ਗੱਲ ਜਿਵੇਂ ਸਿਆਣੇ ਕਹਿੰਦੇ ਨੇ ਲਿਖੀਆਂ ਲੇਖਦੀਆਂ ਭੋਗ ਮਨਾ ਚਿੱਤ ਲਾ ਕੇ ਭੋਗ ਲੈ ਭਾਈ, ਚਿੱਤ ਲਾ ਕੇ ਭੋਗ ਜਦੋਂ ਲਿਖਤੀਆਂ ਜਾਈਆਂ ਜੀਆਂ। ਸੱਚੀ ਗੱਲ, ਹਾਂ ਬੜੇਪੇ ਦਾ ਫਲ ਕੌੜਾ ਹੁੰਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ। ਚਲੋ ਅੰਦਰ ਹੀ ਵਗ ਜਾ, ਕੋਈ ਨੀ ਤੂੰ ਵੀ ਆ ਜੀ, ਕੋਈ ਨਾ ਮੈਂ ਆ ਬਸ ਚੱਲ ਮੇਰੇ ਨਾਲ ਹੀ ਗੱਲ ਚੱਲ, ਨਾ ਚੱਲ ਬਸ ਬਸ ਚੱਲ ਤੂੰ ਮੈਂ ਬੈਠੀ ਆ ਆ ਜੀ ਚੰਗਾ ਨਾ ਕੋਈ ਹੋਰ ਫਿਰ ਅੱਜ ਤਾਂ ਮੇਰੇ ਵੀ ਨਹੀਂ ਚਾਹ ਪਾਣੀ ਲੰਘਣਾ ਤਾਂ ਇੱਥੋਂ ਵੀ ਨਾ, ਮਾਮਾ ਦੇ ਥਾਂ ਉਹ ਜਾਮਨ ਛੱਡ ਗਈ ਸੀ ਮੇਰੀ ਮਾਂ ਤੈਨੂੰ। ਚੱਲ ਵਧੀਆ ਹੋ ਗਿਆ ਇਹ ਵੀ ਆ ਗਈ, ਹੁਣ ਇਹਦੀ ਸਮਾਰ ਕੇ ਗੁੱਤ ਪਟਾਉਂਗੀ ਵੀਰਪਾਲ ਦੇ, ਇਸੇ ਤੋਂ ਪਟਾਉਂਗੇ ਰੰਗ ਲੱਗ ਗਏ ਤਾਂ ਆ ਗਈ। ਹੁਣ ਕਹੀ ਤਾਂ ਜਾਂਦੀ ਹੈ ਮੇਰੀ ਭਾਬੀ ਵੀ ਵੀਰਪਾਲ ਐਂ ਕਰਦੀ ਐਂ ਕਰਦੀ ਆ, ਪਰ ਮੇਰਾ ਮਨ ਨਹੀਂ ਮੰਨਦਾ, ਚੰਗੀ ਭਲੀ ਸੀ ਹੈਂ। ਚਲੋ ਫਿਰ ਅੰਦਰ ਵਗ ਚਲੋ, ਮੈਂ ਲਿਆਉਣੀ ਆ ਚਾਹ ਪਾ ਕੇ। ਬੈਠਾ ਬੈਠਾ ਆ ਸਾਹਮਣੇ ਬਹਿ ਜਾ ਕਮਰੇ 'ਚ, ਬਹਿ ਜਾ ਬੇਟਾ ਠੀਕ ਹੈ। ਲਓ ਭੂਆ ਜੀ ਚਾਹ, ਉਹ ਮੁੰਡਾ ਵਗ ਗਿਆ ਚਾਹ ਪੀ ਕੇ ਵਗ ਜਾਂਦਾ। ਨਹੀਂ ਉਹਦੀ ਮਾਂ ਨੇ ਆਖਿਆ ਛੇਤੀ ਭੇਜ, ਉਹਦੀ ਮਾਂ ਨੇ ਤਾਂ ਸੁੰਗਾ ਸਾਨੂੰ ਪਿਆ ਕੇ ਤੋਰਿਆ ਘਰੋਂ, ਵਧੀਆ ਪੀ ਜਾਓ ਘੁੱਟ ਘੁੱਟ ਚਾਹ ਦੀ, ਬਹਿ ਜਾ ਇੱਥੇ ਬਹਿ ਜਾ ਤੂੰ। ਹਾਂ ਹੋਰ, ਹਾਂ ਹੋਰ ਸੁਣਾ ਭੂਆ ਠੀਕ ਹੈ ਸਾਰੇ? ਠੀਕ ਠਾਕ ਪੁੱਤ, ਤੇ ਲੱਛੀ ਨਹੀਂ ਨਾ ਜੇ ਲੱਛੀ ਮਾਨਸਾ ਗਏ? ਮੱਖੀਆਂ ਬੁਲਾਏ ਨੇ ਹੈ ਨਾ? ਹਾਂ ਨਾ ਜੀ ਖਿੜਕੀ ਖੋਲਤੀ ਬੁਆ, ਲੱਛੀ ਨੇ ਇੱਥੋਂ ਦੀ ਆ ਗਈ। ਹਾਂ ਤਾਂ ਕਾਹਨੂੰ ਸੀ, ਹੋਰ ਹੁਣ ਤਾਂ ਲੋਕ ਗਰਮੀ ਕਰਕੇ ਵੀ ਹੋ ਜਾਂਦੀਆਂ ਨੇ, ਹੋ ਜਾਂਦੀਆਂ ਨੇ ਨਾ, ਇੱਧਰ ਚਾਨਣ ਕਰਕੇ ਆਉਂਦੀਆਂ ਨੇ, ਇਹ ਪਰਦਾ ਪਾਉਣ ਆਏ ਜਿੱਦੇ ਪਰਦਾ ਪਾ ਲਿਓ ਉੱਦੇ ਹਟਣੀ ਆ। ਹੋਰ ਸੱਸ ਨੂੰ ਜਮਾਂ ਠੀਕ ਰਹਿੰਦੀ? ਵਧੀਆ ਠੀਕ ਰਹਿੰਦੇ ਵਧੀਆ, ਕੋਈ ਲੜਾਈ ਝਗੜਾ ਨਾ? ਨਾ ਭੋਰਾ ਵੀ ਨਹੀਂ। ਅੱਛਾ ਪਰ ਜੇ ਕੋਈ ਗੱਲ ਹੈਗੀ ਮਾੜੀ ਮੋਟੀ ਉੱਨੀ ਇੱਕੀ ਦੱਸ ਦੇ ਮੈਨੂੰ। ਨਾ ਨਾ ਭੂਆ ਫਿਰ ਐਂ ਤਾਂ ਚੱਲ ਮਾੜਾ ਮੋਟਾ ਚੱਲ ਹੀ ਜਾਂਦਾ, ਵੱਡਾ ਬੰਦਾ ਹਨਾ, ਕੋਈ ਗੱਲ ਨਹੀਂ ਸਿਆਣਾ ਬੋਲ, ਮਾੜੀ ਮੋਟੀ ਖਾਸ ਹੀ ਨਾ ਹੋਵੇ। ਨਾ 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 ਕੋਈ ਗੱਲ ਹੀ ਨਹੀਂ। ਅੱਛਾ ਦੇਖ ਲਾ ਅਜੇ ਵੀ। ਨਾ ਨਾ ਭੂਆ ਸਾਡੇ ਤਾਂ ਕੋਈ ਗੱਲ ਨਹੀਂ, ਅਸੀਂ ਤਾਂ ਵਧੀਆ ਰਹਿੰਦੇ ਹਾਂ ਪੁੱਤ। ਜ਼ਿੰਦਗੀ ਦੇ ਵਿੱਚ ਹੋ ਵੀ ਜਾਂਦੀਆਂ ਨੇ, ਨਿਆਣੀ ਮੱਤ ਹੈ ਤੇਰੀ ਕਈ ਵਾਰੀ, ਤੈਨੂੰ ਦੱਸਣ ਦਾ ਕੋਈ ਡਰ ਨਹੀਂ ਵੀ ਭੂਆ? ਨਾ ਭੂਆ ਜਦ ਹੋਈ ਨਹੀਂ ਇਹੋ ਜਿਹੀ ਗੱਲ ਮੈਂ ਉਵੇਂ ਕਿਉਂ ਕਹੀ ਜਾਂਦਾ? ਹੋ ਸਕਦੀ ਹੈ, ਪਤਾ ਨਹੀਂ। ਨਾ ਨਾ ਭੋਰਾ ਵੀ ਨਹੀਂ, ਮੇਰਾ ਮਨ ਤਾਂ ਕਹਿੰਦਾ ਨਹੀਂ ਵੀ ਐਂ ਬਿਨਾਂ ਉਸ ਤੋਂ ਹੋਊ ਲੜਾਈ ਤੋਂ ਤੁਹਾਡਾ ਕੰਮ, ਲੱਗਦਾ ਮੈਨੂੰ ਫਿਰ ਆ ਜਾ ਕੁਛ ਮਾੜਾ ਮੋਟਾ। ਨਾ ਭੂਆ ਮੈਨੂੰ ਤਾਂ ਲੱਗਦਾ ਨਹੀਂ, ਜੇ ਬੇਬੇ ਨੇ ਕੁਛ ਕਹਿਤਾ ਹੋਵੇ ਤੇਰੇ ਕੋਲੋਂ ਮੈਂ ਕਹਿ ਨਹੀਂ ਸਕਦੀ, ਪਰ ਮੇਰੇ ਵੱਲੋਂ ਤਾਂ ਕੋਈ ਲੜਾਈ ਨਹੀਂ ਸਾਡੇ ਘਰੇ। ਪੁੱਤ ਬੰਨਿਆ ਰੁੰਨਿਆ ਉਹਨੇ ਤੇਰੇ ਖਾਤਰ ਹੀ ਬੰਨਿਆ। ਭੂਆ ਤੁਸੀਂ ਕਹਿੰਦੇ ਤੇਰੇ ਖਾਤਰ ਬੰਨਿਆ ਨਾ, ਪਰ ਮੈਨੂੰ ਇੱਕ ਟਾਈਮ ਨਹੀਂ ਸੌਖਾ ਕੱਢਣ ਦਿੰਦੀ ਇੱਕ ਘੜੀ ਵੀ, ਜਿਵੇਂ ਹੁੰਦੀ ਹੈ ਸਾਰਾ ਦਿਨ ਬੇਬੇ ਨੂੰ ਪੁੱਛਾਂ ਕਰਦੀ ਰਹਿੰਦੀ ਹੈ, ਉਹ ਵੀ ਤੁਸੀਂ ਪੁੱਛ ਲਿਆ, ਮੈਂ ਤਾਂ ਦੱਸਦਾ ਨਹੀਂ, ਮੈਂ ਵੀ ਨਹੀਂ ਦੱਸਦੀ ਸੀ। ਜੇ ਪੁੱਤ ਤੂੰ ਮੈਨੂੰ ਉਹਦੀ ਦੱਸਦੀ ਜਦੋਂ ਮੈਂ ਤੈਨੂੰ ਮਨਾਉਂਦੀ ਸੀ, ਤੂੰ ਮੰਨੀ ਉਹ ਕਹਿੰਦੀ ਮੈਨੂੰ ਰੋਟੀ ਨਹੀਂ ਦਿੰਦੇ। ਰੋਟੀ ਕਿਉਂ ਨਹੀਂ ਦਿੰਦੇ ਬੇਬੇ ਨੂੰ? ਪਹਿਲਾਂ ਪੱਕਦੀ ਰੋਟੀ ਫੜਾਉਣੀ। ਉਹ ਤਾਂ ਕਹਿੰਦੀ ਮੈਂ ਚੱਕ ਕੇ ਖਾਂਦੀ ਹਾਂ। ਨਾ ਨਾ ਕੋਈ ਚੱਕ ਕੇ ਨਹੀਂ ਖਾਂਦੀ, ਮੰਜੇ 'ਤੇ ਬੈਠੀ ਨੂੰ ਰੋਟੀ ਜਾਂਦੀ ਹੈ। ਉਹ ਤਾਂ ਕਹਿੰਦੀ ਮੈਂ ਤਾਂ ਚੱਕ ਲੈਂਦੀ ਦੋ ਖਾ ਲੈਂਦੀ ਹਾਂ, ਨਹੀਂ ਬਸ ਚੁੱਪ ਹੈ। ਅੱਛਾ ਭੂਆ ਐਂ ਕਹਿੰਦੀ ਸੀ ਬੇਬੇ? ਹਾਂ ਤੂੰ ਐਂ ਕਰ, ਜੇ ਤੂੰ ਸਹੀ ਹੈ ਫਿਰ ਤੂੰ ਵੀ ਦੱਸ, ਜੇ ਤੂੰ ਐਂ ਕਰੇਂਗੀ ਦੂਜਿਆਂ ਨੇ ਵੀ ਨੂੰਹਾਂ ਧੀਆਂ ਵਿਗੜਨਗੀਆਂ ਕੋਲੋਂ ਦੇਖ ਕੇ, ਵਿਗੜ ਸਕਦਾ? ਮੇਰੀ ਗੱਲ ਸੁਣ ਦੇਖ, ਮੈਂ ਤਾਂ ਬੋਲਦੀ ਨਹੀਂ, ਆ ਲੱਗਾ ਤੂੰ ਵੱਡਿਆਂ ਮੂਹਰੇ ਬੋਲਦੀ ਹੈ। ਅੱਛਾ ਠੀਕ ਹੈ, ਨੂੰਹਾਂ ਦੀਆਂ ਗੱਲਾਂ ਤਾਂ ਪਹਿਲਾਂ ਉਹੀ ਫੜ ਲੈਂਦਾ। ਅੱਛਾ ਨੂੰਹਾਂ ਨੂੰ ਤਾਂ ਪਹਿਲਾਂ ਚੱਕ ਕੇ ਲੈਂਦਾ। ਅੱਛਾ ਪਰ ਜੇ ਬੇਬੇ ਐਂ ਕਹਿੰਦੀ ਤਾਂ ਭੂ ਉਹਦੀ ਗੱਲ ਇਹ ਸਰਾਸਰ ਗਲਤ ਹੈ। ਅੱਛਾ ਖਾਂਦੀ ਪੀਂਦੀ ਉਹ ਕਰਦੀ ਹੈ, ਇਹ ਤਾਂ ਹੁਣ ਮੈਨੂੰ ਕੀ ਪਤਾ, ਜਾਂ ਤੈਨੂੰ ਪਤਾ ਹੋਣਾ ਚਾਹੀਦਾ ਜਾਂ ਉਹਨੂੰ। ਚੱਲ ਭੂ ਛੱਡ, ਜਿਹੜਾ ਕੁਛ ਚੱਲੀ ਜਾਂਦਾ ਸਾਡੇ ਘਰੇ ਚੱਲੀ ਜਾਂਦੇ, ਤੂੰ ਮੈਨੂੰ ਐਂ ਦੱਸ ਸਬਜ਼ੀ ਕਦੀ ਖਾਏਂਗੀ? ਕਾਸ ਦੇ ਉਹ ਪੁੱਤ ਮੈਂ ਨਹੀਂ ਕਦੇ ਇਹਨੂੰ ਗੁਆਚਣੀਆਂ ਕਰੀਆਂ, ਚਾਹੇ ਮੈਂ ਤਾਂ ਨੂਣ ਧਰ ਕੇ ਫੜਾ ਦੇ ਨਾ, ਕੋਈ ਨਾ ਉਹ ਵੀ ਸਤ ਭਗਵਾਨੀ ਹੈ ਨਾ ਪੁੱਤ ਨਾ।
ਜਿਹੜੀ ਤੇਰਾ ਜੀ ਕਰਦਾ ਉਹੀ ਕਰ ਲੈ, ਜਿਹੜੇ ਸਾਡਾ ਜਿਵੇਂ ਟੱਬਰ ਖੁਸ਼ ਹੋ ਕੇ ਖਾਂਦਾ ਉਵੇਂ ਬਣਾਓ ਪੁੱਤ। ਕੋਈ ਨਾ ਭੂਆ, ਚੰਗਾ ਹੁਣ ਬੇਬੇ ਨੂੰ ਪੁੱਛਣ ਵੀ ਨਾ ਲੱਗ ਜੀ ਭੂਆ, ਹੁਣ ਤਾਂ ਮੇਰਾ ਪਹਿਲੇ ਹੀ ਜੀਣਾ ਦੁੱਬਰ ਕਰੀ ਰੱਖਦੀ ਆ। ਨਾ ਪੁੱਤ ਨਾ ਮੇਰਾ ਹੀ ਸੁਭਾਅ ਇਹ ਜਾ, ਹੋਰ ਨਾਲੇ ਤਾਂ ਹਾਂ ਹੀ ਕਹੀਏ ਮੈਨੂੰ ਜਿਉਣਾ ਦੁੱਬਰ, ਨਾਲੇ ਕਹਿੰਦੀ ਮੈਂ ਮੇਰੀ ਸੱਸ ਨੂੰ ਕੁਛ ਨਹੀਂ ਕਿਹਾ, ਉੱਧਰ ਉਹ ਕਹੀ ਜਾਂਦੀ ਹੈ ਮੈਨੂੰ ਰੋਟੀ ਨਹੀਂ ਮਿਲਦੀ, ਕਿਹਦਾ ਸੱਚ ਮੰਨਾ। ਊ ਭਾਈ ਅੱਜ ਦੇ ਜ਼ਮਾਨੇ 'ਚ ਨੂੰਹਾਂ ਬਹੁਤ ਖਰਾਬ ਨੇ, ਨੂੰਹਾਂ ਹੀ ਤੇਜ਼ ਨੇ, ਕਲਯੁੱਗ ਹੈ, ਕਲਯੁੱਗ ਦੀ ਦੁਹਾਈ ਹੈ ਕਿ ਇਹੀ ਮੂੰਹਾਂ ਕਦੇ ਫੇਰ ਮੰਗੇਗਾ ਨੂੰਹਾਂ। ਇਹ ਤਾਂ ਕੇਰਾ ਹੀ ਬਸ ਅਗਲਾ ਮੰਗਦਾ, ਦੂਜੀ ਵਾਰ ਤਾਂ ਅਗਲਾ ਮੰਗਦਾ ਨਹੀਂ, ਕਿਉਂ ਜਦੋਂ ਆ ਜਾਂਦੀਆਂ ਨੇ ਬਘਿਆੜੀਆਂ ਪੱਲੇ ਪੈ ਜਾਂਦੀਆਂ ਨੇ। ਨਾ ਭੈਣੇ ਤੇਜ਼ ਹੈ ਵੀਰਪਾਲ ਵੀ, ਉਹਨੂੰ ਦੇਖੀ ਉਹ ਤੇਜ਼ ਹੈ, ਇਹਨੂੰ ਦੇਖੀ ਇਹ ਤੇਜ਼ ਹੈ, ਹੁਣ ਕਿਸੇ ਦੇ ਘਰਾਂ ਦੇ ਕੀ ਪਤਾ ਗਿੱਲਾ ਪੀਣਾ ਕਿਵੇਂ ਪਾ ਰੱਖਿਆ ਇਹਨਾਂ ਨੇ। ਚਲੋ ਦੇਖਿਓ ਭਾਈ ਕੌਣ ਚੰਗਾ ਕੌਣ ਮਾੜਾ। ਸਤਿ ਸ਼੍ਰੀ ਅਕਾਲ ਪੁੱਤ, ਆ ਗਿਆ? ਹਾਂ ਹੋਰ ਠੀਕ ਹੈ ਬੇਟਾ? ਕਦੋਂ ਗਏ ਸੀ? ਮੈਨੂੰ ਆਈ ਨੂੰ ਹੋ ਗਏ 2-2.5 ਘੰਟੇ ਹੋ ਗਏ। ਤੂੰ ਬਾਈ ਟਾਈਮ ਲਾਇਆ, ਮਾਨ ਸਕਿਆ ਸੀ? ਹਾਂ ਪੁੱਤ, ਸਬਜ਼ਾ ਲੈਣ ਗਿਆ ਸੀ ਮੰਡੀ। ਅੱਛਾ, ਨਾਲੇ ਰੇਤ ਰੱਖਿਆ ਨੇੜੇ ਤੇ। ਅੱਛਾ ਹਾਂ, ਅਜੀਰੀ ਲਾਉਣ ਕਰਕੇ। ਹਾਂ ਹਾਂ, ਲੋੜੀ ਪੈਂਦੀ ਰਹਿੰਦੀ ਹੈ। ਤੇ ਤੂੰ ਬਸਤੇ ਸੀ ਪੁੱਤ? ਬੇ ਪੁੱਤ ਬਸਤੇ ਕਾਹਨੂੰ ਆਈ ਹੈ? ਨਾ ਨਾ, ਲਾਲੀ ਤਾਂ ਹੋ ਗਿਆ ਤਿਆਰ, ਚੱਲ ਕਹਿੰਦਾ ਨਾ ਮਾਮੀ ਨੂੰ ਮਿਲਿਆ ਮਗੇ, ਨਾ ਲੱਛੀ ਵੀਰਾਂ ਨੂੰ ਮਿਲਿਆ ਮਗੇ, ਚੱਲ ਮਾਤਾ ਮੈਂ ਚੱਲੂ। ਮੈਂ ਕਿਹਾ ਚੰਗਾ ਭਾਈ। ਜਦੋਂ ਤਿਆਰ ਹੋ ਗਿਆ ਉਦੋਂ ਬਾਅਦ ਅਫਸਰ ਦਾ ਫੋਨ ਆ ਗਿਆ। ਅੱਛਾ, ਫਿਰ ਉਹ ਤਾਂ ਗਿਆ ਬਾਬੂ ਉੱਧਰ। ਤੇ ਚੱਲ ਮੈਂ ਕਿਹਾ ਇਹ ਭਾਈ ਜ਼ਰੂਰੀ ਆ ਜੇ ਇੱਥੇ ਤਾਂ ਸਰਜੂ। ਉਹ ਮੈਂ ਇੱਕ ਦਿਨ ਇਹਨੂੰ ਕਿਹਾ ਮੁੰਡੇ ਨੂੰ, ਮੈਂ ਕਿਹਾ ਵੀ ਮੇਰੇ ਨਾਲ ਸਾਡੇ ਪਿੰਡ ਵਗ ਚੱਲੇਗਾ ਆਪਣੇ ਇਹਦੇ ਕਾਲੂ ਦੇ ਪੋਤੇ ਨੂੰ। ਅੱਛਾ ਅੱਛਾ, ਕਹਿੰਦਾ ਹਾਂ ਵਗ ਚੱਲੂ ਬੇਬੇ ਵਗ ਚੱਲੂ। ਫਿਰ ਅੱਜ ਮੈਂ ਆ ਗਈ, ਮੈਂ ਕਿਹਾ ਆ ਜਾ ਵੀ ਅੱਜ ਜਾਂਦੀ ਹਾਂ ਮੈਂ ਪਿੰਡ। ਕਹਿੰਦਾ ਚੱਲ ਛੱਡ ਗਿਆ। ਉਹਦੀ ਮਾਂ ਨੇ ਚਾਹ ਕਰਕੇ ਪਿਆ ਕੇ ਹਾੜੇ ਉੱਥੇ ਨਾ ਚਾਹ ਪੀਣ ਬਹਿ ਜਾਓ, ਕਹਿੰਦੀ ਬੇਬੇ। ਅੱਛਾ, ਉਹ ਉੱਥੇ ਚਾਹ ਪੀਣ ਲੱਗ ਗਏ, ਕਹਿੰਦੀ ਚਿਰ ਲੱਗ ਜੂ ਤੇ, ਪਰ ਮੇਰਾ ਜੀ ਨਹੀਂ ਲੱਗਣਾ ਜਿੰਨਾ ਚਿਰ ਜਵਾਕ ਨਹੀਂ ਕਦੀ ਘਰੇ ਨਾ ਆਇਆ। ਹਾਂ ਜਵਾਕਾਂ ਦਾ ਫਿਰ ਔਖਾ। ਹੋਰ ਤੇ ਇੱਕ ਸਕੂਲ ਦਾ ਕੰਮ ਦੱਸਿਆ ਤੇ ਬਸ ਉਹਦੀ ਵਿਚਾਰਾ ਪੀ ਕੇ ਪਾਣੀ ਉਹਨੇ ਫੇਰੀ ਮੁੜ ਗਿਆ ਤਾਂ। ਚਲ ਵਧੀਆ, ਬਸ ਤੇ ਔਖਾ ਤੈਨੂੰ। ਹਾਂ ਬਸ ਉਹਨੂੰ ਸਕੂਟਰੀ ਤੇ ਛੱਡ ਕੇ ਆਰਾਮ ਨਾਲ ਘਰੇ ਆ ਗਏ। ਨਿਸ਼ਾਨੀ ਲਾਤੀ, ਮੈਂ ਕਿਹਾ ਉਹ ਘਰ ਹੈ ਸਾਡੇ ਘਰ ਦਾ ਲਾ ਕੇ, ਕਹਿੰਦਾ ਆਹੀ ਘਰ ਹੈ ਬੇਬੇ। ਮੈਂ ਕਿਹਾ ਹਾਂ ਪੁੱਤ ਆਹੀ ਘਰ ਹੈ। ਚਲੋ ਵਧੀਆ ਹੋਇਆ ਨਾ, ਵਧੀਆ ਘਰੇ ਵਿਚਾਰੇ ਨੇ। ਤੇ ਮੈਂ ਆਖਿਆ ਸੀ ਮੈਂ ਕਿਹਾ ਜਾਣ ਸਰ ਫੋਨ ਕਰਦੀ, ਕਹਿੰਦਾ ਕਰ ਦੂੰਗਾ ਜੇ ਫੋਨ ਕਰਿਆ ਨੀ। ਜਵਾਕ ਆਇਆ ਹੀ ਨੀ, ਪਤਾ ਕਿਤੇ ਖੜ ਗਿਆ ਹੋਵੇ ਰਾਹ ਚ। ਚੱਲ ਭੂਆ ਠੀਕ ਹੈ, ਮੈਂ ਚਾਹ ਪਾਣੀ ਪੀਣਾ। ਕੋਈ ਨੀ, ਤੂੰ ਚਾਹ ਪਾਣੀ ਪੀ ਲਈ ਬਹਿ ਜਾ ਮੇਰੇ ਕੋਲ, ਖੜ ਜਾ। ਕੀ ਹੋ ਗਿਆ? ਮੈਂ ਤੈਨੂੰ ਮੈਂ ਕਹਿੰਦੀ ਮੈਨੂੰ ਸੱਚੀ ਦੱਸੀ, ਤੂੰ ਮੇਰਾ ਪੁੱਤ ਆ, ਮੈਨੂੰ ਮੇਰੇ ਪੁੱਤਾਂ ਤੋਂ ਪਿਆਰ ਹੈ। ਹਾਂ ਦੱਸ ਭੂਆ। ਭਤੀਜੇ ਤਾਂ ਭੂਆ ਕਹਿ ਕੇ ਮੱਥਾ ਟੇਕਦੇ, ਭਾਈਆਂ ਨਾਲੋਂ ਨੀ ਭਤੀਜੇ ਪਿਆਰੀ, ਤੂੰ ਮੈਨੂੰ ਮੇਰੇ ਪੁੱਤ ਤੋਂ ਵੀ ਪਿਆਰ ਹੈ, ਲਾਲੀ ਤੋਂ। ਤੂੰ ਮੈਨੂੰ ਸੱਚੀ ਦੱਸੀ ਭਲਾ ਇਹਨਾਂ ਦਾ ਕਿਵੇਂ ਕਲੇਸ਼ ਰਹਿੰਦਾ, ਤੇਰੀ ਮਾਂ ਦਾ ਤੇ ਤੇਰੀ ਬਹੂ ਦਾ? ਪੂਰਵਾ ਸੌ ਦੀ ਇੱਕ ਨਵੇੜਾ। ਹਾਂ, ਮੈਂ ਤਾਂ ਕੁੜੀਆਂ ਦੇ ਕੰਮ ਦੇ ਵਿੱਚ ਆਉਂਦੇ ਨਹੀਂ। ਅੱਛਾ, ਦੂਜੀ ਗੱਲ ਤੂੰ ਇਕਰਾ ਤਾਂ ਲਾਏਗੀ ਭਾਈ, ਨਾ ਤੇਰੇ ਕੋਲੇ ਦੱਸਦਾ ਸਾਰਾ ਕੁਛ। ਦੇਖ ਆਉਂਦੀ ਤਾਂ ਭਾਈ ਤੇਰੀ ਮਾਂ ਭਰੀ ਬੈਠੀ, ਉਹ ਉੱਬਲ ਉੱਠੀ ਜਦੋਂ ਆਈ ਮੈਂ ਇੱਥੇ, ਵੀਰਪਾਲ ਤਾਂ ਹੱਥੀ ਬੰਨ ਗਈ, ਮੈਨੂੰ ਸਮਝ ਨਹੀਂ ਉਹਦੀ ਖੋਟ ਮੈਂ ਗਿਣਾ ਵੀ ਕੀਦਾ। ਜੇ ਇੱਕ ਤਿਰ ਵੀ ਨਿਮਦੀ ਵੀ ਨਾ ਪੂਆ ਸਰ ਤਾਂ ਲੜਾਈ ਨਹੀਂ, ਫਿਰ ਤਾਂ ਮੈਂ ਕਹਿੰਦੀ ਵੀ ਉਹੀ ਗੱਪ ਮਾਰੀ ਜਾਂਦੀ ਹੈ, ਜਾਂ ਉਹ ਨਾ ਕਰਦੀ ਫਿਰ ਮੈਨੂੰ ਐਂ ਲੱਗਦਾ ਵੀ ਵੀਰਪਾਲ 'ਚ ਕਸੂਰ ਹੈ। ਪਤਾ ਨਹੀਂ ਬੂਆ, ਮੈਨੂੰ ਤਾਂ ਕੋਈ ਪਤਾ ਨਹੀਂ, ਭੇਜ ਹੀ ਨਹੀਂ ਉਹਦਾ ਨਾ। ਨਾ ਭਾਈ ਇਹਨਾਂ ਤਾਂ ਗਾਹ ਪੈ। ਚੱਲ ਮੈਂ ਚਾਹ ਪਾਣੀ ਪੀਣਾ। ਹਾਂ ਕੋਈ ਨਹੀਂ ਪੁੱਤ, ਪੀ ਲਾ ਚਾਹ ਪਾਣੀ। ਇੱਕ ਗੱਲ ਸੁਣ ਮੇਰੀ, ਤੈਨੂੰ ਮੈਂ ਦੱਸਦੀ ਹਾਂ ਗੱਲ, ਹੁਣ ਤੂੰ ਜਾ ਕੇ ਪੁੱਛੀ ਨਾ ਵੀਰਪਾਲ ਨੂੰ। ਨਾ ਨਾ ਨਾ, ਹਾਂ ਇੱਥੇ ਰਫੂ ਤੱਪੂ ਕਰ, ਆਪਣੀ ਭੂਆ ਭਤੀਜੇ ਦੀ ਗੱਲ ਹੈ। ਨਾ ਨਾ, ਰਫੂ ਤੱਪੂ ਕਰਦੀ ਪੁੱਤ, ਸਿਆਣਾ ਬੰਦਾ ਤੂੰ ਬਾਹਰ ਅੰਦਰ ਦੇ ਫਿਰਨ ਵਾਲਾ ਹੈ। ਮੈਂ ਦੱਸ ਕੀ ਜਣੀ ਜਵਾਕ ਕਹਿੰਦਾ ਮੈਂ ਵਿੱਚ ਨਹੀਂ ਆਉਂਦਾ ਬੁੜੀਆਂ ਦੀਆਂ ਗੱਲਾਂ ਦਾ, ਫਿਰ ਜੇ ਲੜਦੀਆਂ ਹੋਣਗੀਆਂ ਪਤਾ ਤਾਂ ਲੱਗਦੇ ਉਹ ਲੱਛੀ ਨੂੰ, ਇਹ ਤਾਂ ਕਿਹੜੀ ਗੱਲ ਹੈ ਵੀ ਨਾ ਪਤਾ ਲੱਗਦਾ ਹੋਵੇ, ਜਾਂ ਭਾਣੇ ਮੈਂ ਥੋਲਾ ਰੱਖਦਾ ਵੀ ਜਵਾਕ। ਦੇਖੋ ਭਾਈ ਹੁਣ ਕਿਸੇ ਦੇ ਘਰਾਂ ਦਾ ਕੀ ਭੇਤ ਹੈ। ਹੋਰ ਸੁਣ, ਮੇਰਾ ਵੀ ਮੂਡ ਖਰਾਬ ਹੋ ਗਿਆ ਇਹਨਾਂ ਦੀ ਪਰਵਾਟੀ ਜੀ ਨਾਲ,
ਅੱਗੇ ਚੰਗੀਆਂ ਭਲੀਆਂ ਹੁੰਦੀਆਂ ਨਾ ਤਾਂ ਪਤਾ ਨਹੀਂ ਕੀ ਹੋ ਗਿਆ ਹੁਣ ਜਾਈ ਬੱਠੇ ਤੂੰ ਮੈਂ ਬੇਬੇ ਖੇਤ ਜਾਇਆ ਵਾਂ ਪਾਵਰ ਮਾਇਆ ਵਾਂ ਅਤੇ ਵੀਰਪਾਲ ਨੂੰ ਕਹਿ ਦੀ ਮੈਂ ਚਿੱਟੇ ਕੱਪੜੇ ਦਰਸ ਕਰ ਦੂੰਗਾ ਉਹ ਮਿੰਟੂ ਕੇ ਭੋਗ ਤੇ ਜਾਣਾ ਮੈਂ ਬੇ ਮੈਂ ਤੈਨੂੰ ਕਿਹਾ ਤੀ ਵੀ ਇੱਕ ਹੋਰ ਸਮਾਨ ਲੈ ਚਿੱਟਾ ਕੁੜਤਾ ਪਜਾਮਾ ਉਹਦੇ ਨਾਲ ਬੰਨਿਆ ਤਾਂ ਨਹੀਂ ਹੋਇਆ ਕੋਈ ਗੱਲ ਨਹੀਂ ਸਮੇਲਾਂ ਇਹ ਕਿਹੜਾ ਤਾਂ ਹੁਣ ਇੱਕੋ ਹੀ ਆ ਰੰਗ ਬਰੰਗੇ ਨੇ ਬਾਕੀ ਸਾਰੇ ਬੁਰੇ ਲੱਗਦੇ ਨੇ ਚੱਲ ਕੋਈ ਨਾ ਪ੍ਰੈਸ ਕਰਨ ਵਾਲੀ ਨੇ ਪ੍ਰੈਸ ਕਰਦੇ ਹਾਂ ਵੀਰਪਾਲ ਨੂੰ ਕਹਿ ਦੀ ਤੂੰ ਪਾਈ ਫਿਰਦਾ ਸੀ ਉਹ ਤਾਂ ਮੈਂ 20 ਮਿੰਟ ਪਾਈ ਸੀ ਮੁੰਡੀ ਜਾ ਕੇ ਆਇਆ ਸੀ ਬਸ ਚੱਲ ਕੋਈ ਨਾ ਕਹਿ ਦੂੰਗਾ ਘੰਟੇ ਕੁ ਤੱਕ ਜਾਣਾ ਮੈਂ ਕਹਿ ਦੂੰਗੀ ਕਹਿ ਦੂੰਗੀ ਲੈ ਪੁੱਤ ਮੇਰਿਆ ਅਸਲੀ ਖੇਡ ਤਾਂ ਹੁਣੀ ਬਣੂਗੀ ਕੱਪੜੇ ਤੂੰ ਉਸੇ ਦੇ ਪ੍ਰੈਸ ਕਰੇ ਪਾ ਕੇ ਜਾਈ ਕਰਦੀ ਹਾਂ ਗੱਲ ਮੈਂ ਸਾਰਾ ਦਿਨ ਜੇਬ 'ਚ ਹੀ ਪਾ ਕੇ ਰੱਖ ਦਿੱਤੀ ਲੱਛੀ 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 ਮਾਂ ਨਾਲੋਂ ਤਾਂ ਦੂਰ ਹੀ ਕਰਤਾ ਤੀ ਕੁੜੇ ਵੀ ਰੈਂ ਕਰ ਹਾਂ ਬੇਬੇ ਮੁੰਡਾ ਗਾਲਾਂ ਦੇ ਕੇ ਹਟੇ ਕੀ ਹੋ ਗਿਆ ਕਹਿੰਦਾ ਕੱਪੜੇ ਕੁੱਪੜੇ ਵੀ ਧੋ ਲਿਆ ਕਰੋ ਫੂਕ ਲਿਆ ਕਰੋ ਥਾਂ ਥਾਂ ਪਏ ਨੇ ਅੱਛਾ ਧੋਤੇ ਤਾਂ ਸੀਗੇ ਕੱਲ੍ਹ ਸਾਰੇ ਕੱਪੜੇ ਸਾਰੇ ਧੋਤੇ ਨੇ ਮੈਨੂੰ ਨਹੀਂ ਪਤਾ ਹੈਗਾ ਜਿਹੜਾ ਕੋਈ ਧੋਣ ਵਾਲਾ ਪਿਆ ਚਿੱਟਾ ਚੁੱਟਾ ਉਹਦਾ ਧੋ ਕੇ ਸੁਕਾ ਦੇ ਅੱਛਾ ਆਥਣੇ ਧੋ ਦੂੰਗੀ ਆਥਣੇ ਨਹੀਂ ਤੂੰ ਹੁਣੀ ਧੋ ਦੇ ਆਥਣੇ ਕਿਹੜੇ ਵੇਲੇ ਧੋਵੇਂਗੀ ਅੱਛਾ ਧੋ ਦਿੰਦੀ ਬੇਬੇ ਕੁੜੇ ਵੀਰ ਭਾਂਡੇ ਫੇਰ ਮਾਂਜਰੀ ਹੋਰ ਕੱਪੜੇ ਤਾਂ ਹਜੇ ਪਏ ਰਹਿਣਦੇ ਚਿੱਟਾ ਕੁੜਤਾ ਪਜਾਮਾ ਧੋ ਦੀ ਕੋਈ ਨਾ ਬੇਬੇ ਹਾਂ ਹੁਣੀ ਧੋ ਦੇ ਨਾਲੇ ਧੋ ਦਿੰਦੀ ਲੱਛੀ ਆਹ ਕੀ ਕਹੀ ਜਾਂਦਾ ਸੀ ਪ੍ਰੈਸ ਪ੍ਰੈਸ ਹੈ ਲੱਛੀ ਕੀ ਕਹੀ ਜਾਂਦੀ ਪ੍ਰੈਸ ਪ੍ਰੈਸ ਦੇ ਵਿੱਚ ਇੱਕ ਦੇ ਹੱਥ ਧੋਈ ਜਾਂਦੀ ਸੀ ਪ੍ਰੈਸ ਹਾਂ ਪ੍ਰੈਸ ਪ੍ਰੈਸ ਜੇ ਕਹੀ ਜਾਂਦਾ ਸੀ ਨਾ ਨਾ ਹੋਰ ਕਿਹਾ ਉਹਨੇ ਮੈਂ ਹੱਥ ਧੋਈ ਜਾਂਦੀ ਪ੍ਰੈਸ ਪ੍ਰੈਸ ਗਾਹ ਨਹੀਂ ਮੈਨੂੰ ਸਮਝ ਆਈ ਨਾ ਨਾ ਉਹ ਤਾਂ ਐਂ ਕਹਿੰਦੇ ਵੀ ਵਲ ਨਹੀਂ ਕੱਢਦੇ ਕੱਪੜਿਆਂ 'ਚੋਂ ਅੱਛਾ ਫਿਰ ਐਂ ਕਹਿੰਦੇ ਵੀ ਸਮਾਰ ਕੇ ਉਹ ਕਰ ਦਿਆ ਕਰੋ ਵਲ ਜੇ ਨਹੀਂ ਕੱਢਦੀਆਂ ਬਸ ਪ੍ਰੈਸ ਹੀ ਸੁਣੀ ਹੈ ਮੈਨੂੰ ਗਾਹ ਹੋਰ ਨਹੀਂ ਟੱਪਾ ਸੁਣਿਆ ਮੈਂ ਜਾਣਾ ਕਿ ਪ੍ਰੈਸ ਬਸ ਪ੍ਰੈਸ ਨਾ 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 ਇਹੋ ਜਿਹੀ ਗੱਲ ਕਰ ਨਾ ਹੱਥ ਧੋਈ ਜਾਂਦੀ ਸੀ ਇੱਥੇ ਨਾਲ ਕੈਸ ਤੇ ਨਹੀਂ ਨਹੀਂ ਬਾਈ ਨਾ ਅੱਛਾ ਠੀਕ ਹੈ ਚੱਲ ਦੇਖੀ ਹੁਣ ਹਵਾ ਛੱਡੀ ਰੱਬ ਨੇ ਹੋਰ ਹੁਣ ਹਵਾ ਤਾਂ ਛੱਡਣੀ ਵੀ ਤੀ ਆਥਣ ਹੋ ਗਿਆ ਹੁਣ ਤਾਂ ਦਿਨ ਛਿਪ ਗਿਆ ਭੈਣੇ ਨੇਰੇ ਤਿੱਕਰ ਸੇਕ ਰਹਿੰਦਾ ਹਾਏ ਹਾਏ ਬਾਹਲੀ ਗਰਮੀ ਹੈ ਥੋੜ੍ਹੀ ਨਹੀਂ ਹੋਰ ਘਰ ਆਮਦਾਰੀ ਹੈ ਖੱਬਰ ਦੀ ਤਾਂ ਹੈ ਨਾ ਕਾਹ ਦੀ ਹੋਰ ਹਾਂ ਨੰਗੇ ਪੈਰੀ ਬੈਠਿਆ ਕਰ ਇੱਥੇ ਤਾਂ ਨਾ ਸਜਾਇਆ ਕਰ ਪੈਰਾਂ ਨੂੰ ਸਜਾ ਕੇ ਧਰ ਲਿਆ ਦੋਨੇ ਪੈਰਾਂ ਇਹਦੇ ਵਿੱਚ ਧਰਿਆ ਕਰ ਖੱਬਰ 'ਚ ਇਹ ਕਾਹਦੇ ਵਾਸਤੇ ਹੁੰਦਾ ਚੱਲ ਕੋਈ ਨਾ ਇਹ ਮੰਜਾ ਡਾਉਣ ਵਾਸਤੇ ਨਹੀਂ ਹੁੰਦਾ ਐਂ ਬੈਠਣ ਵਾਸਤੇ ਆਪਣੇ ਪੈਰਾਂ ਨੂੰ ਆਰਾਮਦਾਰੀ ਆਵੇ ਇਹੀ ਦਿਮਾਗ ਨੂੰ ਠੰਡ ਸ਼ਾਂਤੀ ਜਾਵੇ ਹੈਂ ਆਹ ਜਿਹੜਾ ਚਿੱਤ ਸਾਰ ਦਿਨ ਘਬਰਾਇਆ ਰਹਿੰਦਾ ਠੀਕ ਹੋ ਜੂਗਾ ਲੈ ਬੇਬੇ ਵੀ ਕਾਲੀ ਮਚਾ ਦਿੰਦੀ ਹੈ ਕਿ ਚਿੱਟੇ ਕੱਪੜੇ ਪਹਿਲਾਂ ਧੋ ਜੀ ਦੋ ਧੋਂਦੀ ਉਹਨਾਂ ਨਾਲ ਹੀ ਧੋ ਦਿੰਦੀ ਸਾਰੇ ਦੱਸ ਕੀ ਫਰਕ ਪੈਂਦਾ ਸੀ ਵੀਰਪਾ ਤੌਲੀਆ ਕਿੱਥੇ ਮੇਰਾ ਤੌਲੀਆ ਅੰਦਰ ਪਿਆ ਸੀ ਡੰਗਿਆ ਕਮਰੇ 'ਚ ਵੇ ਉੱਥੇ ਚੱਕ ਲਿਓ ਜਾਣਾ ਕਿਤੇ ਹਾਂ ਮਿੰਟੂ ਕੋਲ ਖੰਡ ਪੜ ਸਾ ਕਰਵਾਏ ਸੀਗੇ ਉਹਨਾਂ ਦੇ ਭੋਗ ਅੱਛਾ ਬੇਬੇ ਲੈ ਕੱਪੜੇ ਕਿੱਥੇ ਆ ਨਹਾ ਕੇ ਮੈਂ ਜਾ ਭੋਗ ਤੇ ਉਹਨੂੰ ਪੁੱਛ ਪੁੱਤ ਕੱਪੜੇ ਉਹਨੂੰ ਕੀ ਪੁੱਛਾਂ ਉਹਦੇ ਕੋਲੇ ਨੇ ਕੱਪੜੇ ਉਸ ਨੂੰ ਪੁੱਛ ਵੀਰਪਾ ਲੈ ਚਿੱਟਾ ਉੱਠਦਾ ਮਰ ਧੋਈ ਜਾਂਦੀ ਸੀ ਪ੍ਰੈਸ ਨੂੰ ਕਹੇ ਮੈਂ ਧੋਣ ਨੂੰ ਕਦੋਂ ਕਹੇਗਾ ਬੇਬੇ ਨੇ ਧੋਣ ਨੂੰ ਕਿਹਾ ਸੀ ਮੈਂ ਤਾਂ ਧੋਂਦੀ ਸੀ ਬੇਬੇ ਨੂੰ ਪ੍ਰੈਸ ਕਹਿ ਗਿਆ ਕਮਾਲ ਦੀ ਗੱਲ ਆ ਮੈਂ
ਨਾ ਬੇਬੇ, ਕਹਿੰਦੀ ਧੋਣਾ ਹੈਗਾ, ਮੈਂ ਤਾਂ ਕਿਹਾ ਸੀ ਦੁਪਹਿਰੇ ਧੋ ਦੂੰਗੀ, ਕਹਿੰਦੀ ਹੁਣੀ ਧੋ ਦੇ। ਕਰਦੀ ਗਈ ਲੱਛੀ ਗਾਲਾ ਦੇ ਕੇ ਗਿਆ, ਕਹਿੰਦੀ ਲੱਛੀ ਦੇ ਚਿੱਟੇ ਕੱਪੜੇ ਧੋਦੀ, ਮੈਂ ਧੋਣ ਲੱਗ ਗਈ, ਉਹਨੇ ਪਾ ਕੇ ਜਾਣੇ ਹੋਣੇ ਹੁਣ। ਆਹ ਗੱਲ ਹੋਈ ਸੀ, ਆਹ ਬਾਤ ਹੋਈ ਸੀ, ਮੈਂ ਕਿਹਾ ਮੈਂ ਦੁਪਹਿਰੇ ਧੋ ਦੂੰਗੀ, ਕਹਿੰਦੀ ਨਾ ਹੁਣੀ ਧੋ ਕੇ ਪਾ ਦੇ, ਕਹਿੰਦੀ ਸਮਝ ਨਹੀਂ ਆਈ ਹੋਣੀ ਤੈਨੂੰ ਜਾਂ ਤਾਂ। ਨਾ ਧੋਣ ਨੂੰ ਕਿਹਾ ਸੀ ਬੇਬੇ ਨੇ, ਮੈਨੂੰ ਸਮਝ ਕਿਉਂ ਨਹੀਂ ਆਈ ਭੂਆ। ਅੱਛਾ ਕੋਈ ਨਹੀਂ, ਰੋਣਾ ਕੁਛ ਨਹੀਂ ਹੁੰਦਾ, ਚੱਲ ਤੇਰਾ ਬੰਦਾ ਹੈ, ਫਿਰ ਕਿਉਂਕਿ ਸਰਕਾਰ ਦੇ ਕੁੱਟੇ ਦਾ, ਚਿੱਕੜ ਦੇ ਡਿੱਗੇ ਦਾ, ਬੰਦੇ ਦੇ ਕੁੱਟੇ ਦੀ ਕੋਈ ਬੇਸ਼ਰਮੀ ਨਹੀਂ, ਕੁਛ ਨਹੀਂ ਹੁੰਦਾ ਧੀਏ, ਤੂੰ ਆਪ ਹੀ ਸਿਆਣੀ ਹੈ। ਕੋਈ ਨਹੀਂ, ਹੋਰ ਗਲਤ ਕਰਿਆ ਕੰਮ ਕਮਲੇ ਨੇ, ਮੈਂ ਬੁਲਾਈ ਲੜੀ, ਮਖਾਈ ਤਾਂ ਨਹੀਂ ਕਰਦੇ ਹੁੰਦੇ, ਬਸ ਰੋਣਾ ਕਿਉਂ ਰੋ ਰੋ ਦੀਨ ਗਮਾਇਆ, ਧੋ ਲੈ ਫਰੇ ਗਾਲ ਪਾ ਕੇ ਚੱਲ ਕੇ, ਹੋਰ ਕਿੱਥੇ ਨੂੰ ਪੁੱਤੇ ਦਾ ਕਹੇ ਜਿਹਾ ਦਿਨ ਚੜਿਆ ਕਲੇਸਾ। ਕੋਈ ਨਹੀਂ, ਗੁੱਸਾ ਨਹੀਂ ਕਰਦੇ ਹੁੰਦੇ, ਫਿਰ ਕੀ ਹੋ ਗਿਆ, ਹਾਂ ਬਸ ਰੋ ਨਾ। ਚੰਗਾ ਬੇ, ਮੈਨੂੰ ਪਟਿਆਲੇ ਜਾਣਾ ਨਹੀਂ ਰਹਾ ਹੋਊ ਦੋਸਤ ਨਾਲ, ਚੰਗਾ ਮੈਂ ਨਿੰਬੂ ਪਾਣੀ ਪੀ ਲੈਂਦੇ, ਪੀਤੀ ਹੈ ਨਿੰਬੂ ਪਾਣੀ ਬਸ ਮੈਂ। ਤੁਸੀਂ ਕਿੱਧਰ ਜਾਂਦੇ ਸੀ? ਕਿੱਧਰ ਮਰਜ਼ੀ ਜਾ, ਮੈਨੂੰ ਵੀ ਡਿੱਕਾ ਮੈਂ, ਨਾ ਪਤਾ ਤਾਂ ਹੋਵੇ ਕਿੱਧਰ ਜਾਂਦੇ ਹੋਊਗੇ, ਮੈਂ ਦੋਸਤ ਨਾਲ ਜਾਣਾ ਪਟਿਆਲੇ। ਅੱਛਾ ਆਹ ਚੰਗਾ ਬੇ, ਸਤਿ ਸ਼੍ਰੀ ਅਕਾਲ, ਉਹਨੇ ਰਹਾ ਹੋਊ, ਕੋਈ ਗੱਲ ਨਹੀਂ, ਲੈ ਪਾਣੀ ਤਾਂ ਪੀ ਜਾਂਦੇ, ਪੀਤੀ ਹੈ ਪਾਣੀ ਬਸ। ਮੇਰੇ ਨਾਲ ਉਹੀ ਆਕੜਿਆ ਰਹਿੰਦਾ, ਲੈ ਥੱਪੜ ਆਪ ਮਾਰਿਆ ਸੀ, ਨਾਲੇ ਮੇਰੀ ਕੋਈ ਗਲਤੀ ਨਹੀਂ ਸੀ, ਹਾਏ ਮੈਂ ਜੇ ਕੋਈ ਗੱਲ ਦੱਸਦੀ ਹਾਂ, ਗੱਲ ਵੀ ਨਹੀਂ ਸੁਣਦਾ ਵੀ ਕੀ ਸੱਚ ਹੈ ਕੀ ਝੂਠ ਹੈ, ਇਸ ਘਰ 'ਚ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਕੋਈ। ਲੈ ਬੇਬੇ ਆਪਦੀਆਂ ਭਗਾ ਕੀ ਹਟੀ, ਕੀ ਮਿਲਿਆ ਸਾਡੇ 'ਚ ਲੜਾਈ ਪਵਾ ਕੇ, ਕਿਹਨੂੰ ਦੱਸਾਂ, ਇਹ ਵੀ ਨਹੀਂ ਸੁਣਦਾ ਹੁਣ ਤਾਂ ਮੇਰੀ ਗੱਲ, ਜਮੀ ਬੇਬੇ ਦੇ ਮਗਰ ਲੱਗ ਰਿਹਾ, ਲੈ ਮੈਂ ਤਾਂ ਫਿਰ ਕਰਾਂ ਬਾਹਰੇ ਕੰਮ। ਹੋਰ ਲੱਜ ਤਾਂ ਆ ਗਈ, ਸਾਰਾ ਦਿਨ ਚੁੰਗਣੀ ਵਾਂਗੂ ਮਗਰੇ ਲਾਈ ਰੱਖਦੀ ਤੀ, ਅੰਦਰੋਂ ਹੀ ਨਹੀਂ ਨਿਕਲਣ ਦਿੰਦੀ ਤੀ, ਸਾਰਾ ਦਿਨ ਪੇਕਿਆਂ ਦੀਆਂ ਗੱਲਾਂ ਕਰ ਲਈਆਂ, ਭੈਣ ਦੀਆਂ ਕਰ ਲਈਆਂ, ਪੂਰਾ ਰਹਿੰਦੇ ਖੁਸ਼, ਨਾ ਮੈਨੂੰ ਕਲਾਮ ਨਾ ਮੇਰੀ ਧੀ ਨੂੰ ਕਲਾਮ, ਹੁਣ ਆ ਗਿਆ ਨਜ਼ਾਰਾ, ਵਧੀਆ ਹੋ ਗਿਆ। ਚੰਬੜੀ ਹੋਈ, ਗੋਡੀ ਲਵਾ ਰੱਖੀ ਤੀ ਮੇਰੀ, ਨਾਲੇ ਕਟਾਈ ਉਹਦੇ ਭੰਨਿਆ ਮੱਧੂ। ਆਹ ਕੁੜੇ, ਇਹ ਤਾਂ ਬਟੂਆ ਲੱਛੀ ਭੁੱਲ ਗਿਆ, ਫੜਾ ਨਾ ਵਾ, ਚੱਲ ਕੋਈ ਨਾ, ਉਹ ਤਾਂ ਆਪਣੇ ਦੋਸਤਾਂ ਤੋਂ ਲੈ ਲੂਗਾ, ਦੇਖਾਂ ਵਿੱਚ ਕੀ ਹੈ, ਨਹੀਂ ਇਹ ਤਾਂ ਬਟੂਆ ਭਰਿਆ ਪਿਆ ਪੈਸਿਆਂ ਦਾ, ਹੈਂ ਕਿੰਨੇ ਨੇ ਬਣਾ ਦੇਖਾਂ, ਇਹ ਤਾਂ ਖਾਸੇ ਨੇ, ਕਿੰਨੇ ਗੱਲਾਂ ਹੁਣ ਮੈਂ, ਮੇਰੇ ਨਾਲ ਤਾਂ ਪੈਂਦੇ ਹੀ ਨਹੀਂ, ਇਸੇ ਦਿਨ ਉਹ ਪੈਣਗੇ, ਇੱਕ ਦੋ ਤਿੰਨ, 1500 ਕੱਢ ਲੈਣੀ, ਵਧੀਆ ਹੋ ਗਿਆ, ਲੱਜ ਤੀ ਆ ਗਈ,
1500 ਕੱਢ ਰਹਿੰਦੀ ਹਾਂ। ਹਾਂ ਇਸੇ ਦੇ ਨਾਂ ਪੈਣਗੇ। ਹੁਣ ਮੈਂ ਇਹਨੂੰ ਧਰਾਂ ਕਿੱਥੇ? ਲੁਕੋ ਕੇ ਧਰ ਜਾਂਦੀ ਹਾਂ। ਮੈਂ ਫੇਰ ਆ ਕੇ ਚੱਕਦੀ ਹਾਂ। ਆ ਪਏ ਨੇ, ਹੁਣ ਦੇਖੇ ਆ ਆ ਕੇ ਕੱਢੂਗਾ ਇਹਨੂੰ। ਉਦੇ ਵੀ ਤਾਂ ਛਿੱਤਰ ਖਾਧੀ ਤੇ ਮੇਰਾ ਪਰਸ ਨਹੀਂ ਜਾ ਕੇ ਪਰਸ ਭੁੱਲ ਗਿਆ ਮੈਂ ਯਾਰ, ਉੱਥੇ ਪਿਆ ਸੀ ਪੁੱਟ ਦੇ। ਮੈਂ ਕਿੱਥੇ ਭੁੱਲ ਗਿਆ? ਮੈਂ ਖਿਆਲ ਹੀ ਕੀਤਾ ਕਾਲੀ ਕਾਲੀ ਚਾਹੀਦਾ ਗਿਆ ਬੇ। ਟਾਈਮ ਨਾਲ ਆ ਜੀ ਪੁੱਤ। ਕੋਈ ਨਹੀਂ, ਹਨੇਰਾ ਹੋ ਜੂ ਬੇ। ਹਾਂ ਹਨੇਰਾ ਤਾਂ ਹੋ ਜੂਗਾ, ਬਾਹਲਾ ਲੇਟ ਦਾ ਹੋਈ। ਲੋ ਵੇਟ ਕੇ ਤਰਦਾ ਆ ਕੇ ਕਿਉਂ 2500 ਰੁਪਏ ਸੀ ਤਾਂ ਹਜੇ ਰਹੀ ਗਏ, 1500 ਕਿੱਧਰ ਗਏ ਜੋ? ਮੈਂ ਤਾਂ ਹੀ ਚੱਕ ਲਿਆ ਉੱਥੇ ਪਿਆ ਸੀ ਕੱਪ ਬੋਰਡ ਤੇ। ਦੇਖ ਲੈ ਪੁੱਤ ਹੋਣਗੇ ਵਿੱਚ 2500 ਸੀ। ਮਹਾ ਆ ਦੇਖ 1000 ਆ ਲੈ। ਆਈ ਪਿਆ ਸੀ, ਮੈਂ ਤਾਂ ਹੀ ਚੱਕ ਲਈ ਆ। ਪਰ 1500 ਰੁਪਏ ਗਿਆ ਕਿੱਧਰ ਹੋਰ? ਇਸੇ ਨੂੰ ਪਤਾ ਪੁੱਤ, ਹੋਰ ਕਿੱਧਰ ਗਿਆ? ਹੁਣ ਤਾਂ ਇਸ ਘਰ 'ਚ ਚੋਰੀਆਂ ਵੀ ਹੋਣ ਲੱਗ ਗਿਆ, ਹੁਣ ਤਾਂ ਰੱਬੇ ਰੱਖ ਹੈ। ਪਹਿਲਾਂ ਹੋਰ ਕੰਮ ਚੱਲੀ ਗਿਆ, ਹੁਣ ਚੋਰੀਆਂ ਵੀ? ਦੇਖ ਲੈ ਫਿਰ ਕਰਦੀ ਕੀ ਆ। ਛੱਡ ਮੁੰਡਿਆ ਦੀ ਗੁੱਤਰੀ। 1500 ਰੁਪਏ ਕਿੱਧਰ ਗਏ ਜੋ? ਇਹ ਤੇਰੀ ਮਾਂ ਦੀ ਕਰਤੂਤ ਹੈ, ਇਹਨੇ ਕਰੀਏ ਚੋਰੀ ਤੋਂ ਫੜ ਕੇ। ਬੇ ਮੁੰਡਿਆ ਤੂੰ ਜਾ, ਇਹਦੀ ਸੁਣਨਾ। ਇੱਕ ਮਿੰਟ ਭੂਆ ਕੀ ਕਹਿੰਦੀ ਆ? ਭੂਆ ਦੀ ਕੀ ਸੁਣਿਆ ਨੇ ਤੂੰ? ਚੱਲ ਉਧਰ। ਮੈਂ ਕਿਹਾ ਮੇਰੀ ਸੁਣ ਲੈ ਗੱਲ ਪੁੱਤ, ਗੱਲ ਸੁਣ ਕੇ ਜਾਈ, ਗੱਲ ਸੁਣਾਉਣ ਵਾਲੀ ਹੈ। ਤੂੰ ਤੀਜੇ ਕਦੇ ਮਗਰੋਂ ਇਹਦੇ ਬਾਦ ਪੈ ਜਾਣਾ, ਉਹਦੇ ਕੱਪੜਿਆਂ ਪਿੱਛੇ ਕੁੱਟੀ, ਠੀਕ ਹੈ? ਅੱਜ ਤੂੰ ਜਾ ਕੇ ਗੁੱਤਣੀ 'ਚ ਫੇਰ ਹੱਥ ਪਾ ਲਿਆ। ਕੋਈ ਗੱਲ ਨਹੀਂ, ਬਾਤ ਨਹੀਂ, ਇਹਨੇ 1500 ਰੁਪਏ ਕੱਢਿਆ। ਮੈਂ ਦੂਜੇ ਕਮਰੇ 'ਚ ਖੜੀ ਸੀ ਜਦੋਂ ਇਹ ਗਿਣਦੀ ਸੀ ਨਾ, 1500 ਮੇਰੇ ਕਿਸੇ ਲੱਗਣੇ। ਹਾਂ ਬੱਚਿਆਂ ਦੀ ਸੌਂ, ਇਸ ਬੁੜੀ ਨੇ ਕੱਢਿਆ 1500 ਰੁਪਏ। ਕਿਉਂ ਪੌਂਕੀ ਜਾਨੀ ਐ ਕੁੜੀ, ਕਿਉਂ ਪੌਂਕੀ ਜਾਨੀ ਐ? ਮੈਨੀ ਮਾਰਦੀ ਝੂਠ, ਚੱਲ ਚੋਰੀ ਦਿਖਾਵਾਂ, ਆ ਜਾਣਾ ਦਿਖਾਵਾਂ ਥਾ ਅੱਡਾ। ਫਿਰ ਗੱਲ ਸੁਣ। ਹਾਂ ਤੂੰ ਕਿਹੜੇ ਵੇਲੇ ਦੇਖ ਲਿਆ? ਅੰਬਾ ਚੁੱਪ ਕਰ ਜਾ ਬਸ। ਬੇਬੇ ਸੱਚੀ ਗੱਲ ਐ? ਬੇ ਪੁੱਤ ਕਿਉਂ ਐਵੇਂ ਵਾਰੀ ਵਾਰੀ ਕਹਾਈ ਜਾਂਦਾ? ਗੱਲ ਸੁਣ ਪਹਿਲਾਂ, ਮੇਰੀ ਗੱਲ ਸੁਣ ਪੁੱਤ। ਉਹਦੇ ਭਗਤ ਨੀ ਕਟਾਈ ਤਾਂ ਇੱਥੋਂ ਲੀੜਿਆਂ ਪਿੱਛੇ, ਠੀਕ ਹੈ? ਇਹਨੇ ਕਿਹਾ ਮੈਂ ਜਮਾ ਸੁਣੀਆਂ ਕੰਨੀ, ਕਹਿੰਦੀ ਲੀੜੇ ਧੋ ਦੇ। ਲੱਛੀ ਨੇ ਕਿਹਾ ਧੋ ਕੇ ਕਹਿੰਦੀ ਬ੍ਰਸ਼ ਕਰ ਦੇ। ਮੈਂ ਬ੍ਰਸ਼ ਨੂੰ ਕਿਹਾ? ਹਾਂ ਤੂੰ ਬ੍ਰਸ਼ ਨੂੰ। ਮੈਂ ਇਹਨੂੰ ਆਖਿਆ ਕੁੜੇ ਲੱਛੀ ਬ੍ਰਸ਼, ਬ੍ਰਸ਼ ਕੀ ਕਹਿੰਦਾ ਸੀ ਤਾਂ ਮੋੜ ਕੇ ਬੋਲੀ ਨਾ। ਉਹ ਤਾਂ ਕਹਿੰਦੇ ਬਾਲਿਆ ਲੀੜਿਆਂ 'ਚ ਧੋ ਦੇ, ਬਸ ਲੱਗ ਗਿਆ ਤੜੇ ਪਤਾ ਤੜੇ ਕਰਨ। ਇਹਦਾ ਸੀ ਕਟਾਉਣ ਦਾ ਰੱਦ, ਉਹਦੇ ਤਾਂ ਕੁੱਟੀ। ਅੱਜ ਇਹਦੇ ਮਗਰ ਲੱਗ ਕੇ ਨੇ 1500 ਕੱਢੇ ਭਾਈ। ਮੈਂ ਦੂਜੇ ਕਮਰੇ 'ਚ ਖੜੀ, ਮੈਂ ਲਿਕਣ ਗਈ ਬਾਹਰ, ਮੈਂ ਤਾਂ ਫਿਰ ਆਏ ਲੱਗ ਗਈ ਨਾਲ। ਤੈਨੂੰ ਤੇਰੇ ਪੁੱਤ ਦਾ ਘਰ ਵਸਦਾ ਕਿਉਂ ਨੀ ਚੰਗਾ ਲੱਗਦਾ? ਕਿਉਂ ਭਗਤਣੀ ਨੂੰ ਕਟਾਉਣੀ ਡੈਣੇ? ਸ਼ਰਮ ਮੰਨ ਲੈ, ਸ਼ਰਮ ਲੋਕਾਂ ਤੋਂ। ਜਵਾਕਾਂ ਨੂੰ ਕੰਮ ਕਰ, ਤੂੰ ਚੋਰੀਆਂ ਤੇ ਹੋ ਜਾ, ਜਵਾਕਾਂ ਦੇਖ ਲੈ। ਸੋਨੂੰ ਦੋਨਾਂ ਜੀਆਂ ਨੂੰ ਬਣਾ ਦੂ ਲੀਰਾਂ ਪੁੱਤ, ਇਹਦੇ ਮਗਰ ਨਾ ਲੱਗੀ ਜਿਹੜੇ ਘਰ ਰੱਖਣਾ। ਇਹ ਨੀ ਤੇਰਾ ਘਰ ਵਸਾਉਂਦੀ, ਪੱਟ ਕੇ ਛੱਡੂ। ਬੇਬੇ ਤੈਨੂੰ ਕੁਛ ਮਿਲਦਾ ਸੀ ਆ ਕੰਮ ਕਰਕੇ? ਮੇਰੀ ਗੱਲ ਸੁਣੀ ਪੁੱਤ, ਮੈਨੂੰ ਕੁਛ ਨੀ ਮਿਲਿਆ। ਫੇਰ ਉਹ ਪਏ ਨੇ ਤੁਹਾਡੇ ਪੈਸੇ ਕਿਤੇ ਨੀ ਜਾਂਦੇ। ਮੇਰੀ ਇੱਕ ਗੱਲ ਸੁਣ, ਤੂੰ ਪੁੱਤ ਨਿਰਾਪੁਰਾ ਇਹਨੇ ਮਗਰ ਲਾ ਲਿਆ ਸੀ, ਹੁਣ ਮਗਰ ਲੱਗੇ। ਤੂੰ ਮੇਰੀ ਸੁਣ ਲੈ ਗੱਲ, ਮਾਂ ਦੀ ਤਾਂ ਤੂੰ ਸੁਣਨੋਂ ਹਟ ਗਿਆ ਸੀ, ਮੇਰੇ ਢਿੱਡ 'ਚ ਫਿਰ ਆਇਆ ਆਈ ਵੀ ਹੁਣ ਹੋਰ ਨੀ ਕੰਮ ਚੱਲਦਾ ਕੋਈ। ਹੋਰ ਕੀ ਦਵਾਈ ਵਾਲੀ ਵੀ ਤੂੰ ਫਿਰ ਉਹੀ ਕਹਿੰਦੀ ਗੱਲ ਉਹ? ਹਾਂ ਦਵਾਈ ਵਾਲੀ ਵੀ ਕਹੀ, ਇਹ ਕਹਿੰਦੀ ਆ ਭੂਆ ਕਹਿੰਦੀ ਮੈਨੂੰ ਤਾਂ ਤੈਨੂੰ ਮਿਲਦਾ ਸੀ ਕੁਛ ਬੇ? ਪੁੱਤ ਮੈਨੂੰ ਐਂ ਸੀ ਵੀ ਮੇਰਾ ਪੁੱਤ ਮੇਰੇ ਹੱਥ 'ਚ ਆਉਣਾ ਚਾਹੀਦਾ। ਨਾ ਦੱਸ ਵਿਆਹੁੰਦੀ ਨਾ, ਹੱਥ 'ਚ ਰੱਖ ਲੈਂਦੀ। ਜੇ ਤੈਨੂੰ ਵੱਸਦਾ ਘਰ ਨਹੀਂ ਨਾ ਚੰਗਾ ਲੱਗਦਾ, ਇਹਨੂੰ ਕੁਮਾਰਾ ਰੱਖਦੀ, ਤੇਰੇ ਕੋਲ ਹੀ ਰਹਿੰਦਾ, ਤੇਰੀਆਂ ਮੰਨੀ ਜਾਂਦਾ। ਐਂ ਨਹੀਂ ਪੁੱਤ, ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ, ਤੇਰਾ ਗਰੀਬਣੀ ਨੇ ਕੀ ਵਿਗਾੜਿਆ ਸੀ? ਇਹਦਾ ਤੈਨੂੰ ਉਹੀ ਸ਼ਰਾਬ ਮਾਰ ਜੂ ਜਿਹੜੀ ਚੁੱਪ ਪੱਟੀ ਬੈਠੀ ਤੇਰੇ ਮੂਹਰੇ। ਮੇਰੀ ਗੱਲ ਸੁਣ, ਤੈਨੂੰ ਮੈਂ ਦੱਸ ਦਿਆਂ, ਦੇਖ ਮੈਂ ਗਲਤੀ ਮੰਨਦੀ ਹਾਂ ਇਸ ਗੱਲ ਦੀ ਪੁੱਤ। ਮੈਨੂੰ ਐਂ ਹੋ ਗਿਆ ਵੀ ਮੇਰਾ ਪੁੱਤ ਤਾਂ ਇਹਨੇ ਜਮੀ ਹੱਥ 'ਚ ਕਰ ਲਿਆ,
ਮੈਨੂੰ ਐਂ ਰਿਹਾ ਵੀ ਮੇਰਾ ਤਾਂ ਪੁੱਤ ਹੈ, ਮੈਂ ਮਸਾਂ ਪਾਲਿਆ ਪੜੋਸਿਆ ਪਿਆ ਹੈ, ਵੀ ਤੂੰ ਤਾਂ ਸਾਰੀਆਂ ਗੱਲਾਂ ਵੀਰਪਾਲ ਦੀਆਂ ਸੁਣਦਾ ਰਿਹਾ ਪੁੱਤ, ਮੇਰੀ ਤਾਂ ਕਦੇ ਵੀ ਨਹੀਂ ਸੁਣੀ ਸੀ, ਮੈਥੋਂ ਹੁਣ ਗਲਤੀ ਹੋ ਗਈ ਪੁੱਤ, ਮੈਨੂੰ ਮਾਫ਼ ਕਰ ਜਾ। ਚੁੱਪ ਕਰ ਜਾ ਤੂੰ ਇੱਥੇ, ਮੇਰੇ ਬਾਈ ਨੇ ਤੇਰੀਆਂ ਮੰਨੀਆਂ ਨੀ ਹੈ, ਤੂੰ ਕਿੰਨੀਆਂ ਮਨਾਉਂਦੀ ਸੀ ਉਹਨੂੰ, ਇਹਨੂੰ ਤਾਂ ਉਸ ਕੰਮਾਂ 'ਤੇ ਹਜੇ ਆਈ ਵੀ ਨਹੀਂ ਜਿਵੇਂ ਤਾਂ ਗੁਲਾਮ ਪਾਈ ਸੀ, ਕਿਵੇਂ ਨੱਥ ਪਾਈ ਸੀ ਉਹਦੇ, ਸ਼ਰਮ ਮੰਨ ਲੈ। ਬਸ ਮੈਂ ਤੁਹਾਨੂੰ ਕਹਿਤਾ ਵੀ ਮੈਂ ਗਲਤੀ ਮੰਨਦੀ ਹਾਂ, ਵੀਰਪਾਲ ਤੂੰ ਹੀ ਮੈਨੂੰ ਮਾਫ਼ ਕਰ ਦੇ ਪੁੱਤ। ਨਾ ਬੇਬੇ ਮੈਂ ਕਿਵੇਂ ਮਾਫ਼ ਕਰਦਾ, ਤਾਂ ਮੈਨੂੰ ਦੋ ਤਿੰਨ ਵਾਰੀ ਕਟਵਾ ਦਾ, ਮੇਰੇ 'ਚ ਗਲਤੀ ਕੀ ਸੀ, ਕਮੀ ਕੀ ਸੀ? ਨਾ ਕਮੀ ਹੈ ਨਹੀਂ ਤੇਰੀ, ਉਹ ਗੱਲ ਜੈਸੀ ਕਰਨੀ ਵੈਸੀ ਭਰਨੀ। ਚੱਲ ਪੁੱਤ ਲੱਛੀ ਵੀਰਪਾਲ ਤਾਂ ਨਹੀਂ ਕਰਦੀ, ਤੂੰ ਹੀ ਮੈਨੂੰ ਮਾਫ਼ ਕਰ ਦੇ ਪੁੱਤ। ਕਰ ਦੇ ਪੁੱਤ ਤੇਰੀ ਮਾਂ ਹੀ ਮਾਫ਼, ਸਾਰੀ ਉਮਰ ਕੀ ਮਨ ਮਿਲਦਾ ਹੁਣ ਮੇਰੇ ਨਾਲ ਦਾ। ਲੈ ਗਈ ਨੱਕੋ ਬੁੱਲੋ, ਰੋਟੀ ਖਾਣ ਜੋਗਰੀ ਨਹੀਂ ਰਹੀ ਹੁਣ ਤੂੰ, ਫਿਰ ਦਿਰੇ ਭੌਂਕਦੀ, ਮੈਂ ਵੀ ਜਾਂਦੀ ਆਪਦੇ ਘਰੇ, ਦੇਖ ਰਹੀ ਤੇਰੇ ਕਰਤੂਤਾ ਚੱਕਦੀ, ਮੈਂ ਵੀ ਚੋਰਾ, ਮੈਂ ਵੀ ਨਹੀਂ ਰਹੀਦੀ। ਬੂ ਮੈਂ ਮਰ ਜਾਂ, ਮੇਰੇ ਦਿਮਾਗ 'ਤੇ ਕੀ ਪੜਦਾ ਪੈ ਗਿਆ, ਬੂ ਮੈਂ ਆਪਦੇ ਮੁੰਡੇ ਦਾ ਹੀ ਘਰ ਪੱਟ ਲਿਆ, ਆਪਦੇ ਪੁੱਤ ਦਾ ਹੀ ਘਰ ਪੱਟ ਲਿਆ ਤੀ ਮੈਂ, ਬਾਬਰੂ ਬਾਬਰੂ, ਮੈਂ ਤਾਂ ਸਾਰਿਆਂ ਕਨੀਓ ਗਈ ਹੁਣ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਵੀਡੀਓ ਹੁਣ ਦੇਖਦੇ ਹੋ ਨਾ, ਇਵੇਂ ਜਿਵੇਂ ਗੱਜ ਵੱਜ ਕੇ ਦੇਖਿਆ ਕਰੋ, ਵਧੀਆ ਵਧੀਆ ਕਮੈਂਟ ਕਰਿਆ ਕਰੋ, ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ। ਹਾਂਜੀ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ। ਹਾਂਜੀ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਹੁਣ ਵਾਰੀ ਹੈ ਕਮੈਂਟਾਂ ਦੀ। ਜਸਪ੍ਰੀਤ ਸਿੰਘ ਕੈਨੇਡਾ, ਨੈਬ ਸਿੰਘ ਬਿਰਡਵਾਲ, ਹਰਜਿੰਦਰ ਬਸਰਾ UK, ਹਰਮਨਦੀਪ ਮਾਨ ਉਲਕ, ਗੁਰਮੀਤ ਕੌਰ ਢਿੱਲੋਂ ਕੈਨੇਡਾ, ਸੁਖਮਿੰਦਰ ਕੌਰ ਚੱਕ ਬਖਠੂ, ਮਨਪ੍ਰੀਤ ਕੌਰ ਉੱਗੋ, ਮੱਖਣ ਸਿੰਘ ਬੀਰੋ ਕੇ ਖੁਰਦ, ਜਸਵੀਰ ਸਿੰਘ ਭਾਗੀ ਕੇ ਮੋਗਾ, ਗੁਰਜੀਤ ਕੌਰ ਗਰੇਵਾਲ ਫਰੀਦਕੋਟ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਐਪਰੀਸ਼ੀਏਟ ਕਰਦੇ ਹੋ ਤੁਸੀਂ, ਬਹੁਤ ਪਿਆਰ ਦਿੰਦੇ ਹੋ, ਐਵੇਂ ਪਿਆਰ ਦਿੰਦੇ ਰਹੋ, ਵਧੀਆ ਵਧੀਆ ਕੰਟੈਂਟ ਤੁਹਾਡੇ ਲਈ ਐਵੇਂ ਅਸੀਂ ਬਣਾਉਂਦੇ ਰਹਾਂਗੇ, ਐਵੇਂ ਲੈ ਕੇ ਆਉਂਦੇ ਰਹਾਂਗੇ।